ਹੌਣ ਜਿਹੜੀ ਮੈਨੂੰ ਤਰਾਸਦੀ ਲੱਗਦੀ ਆ ਸੰਗੀਤ ਦੀ ਜਿਹੜੀ ਮੈਨੂੰ ਪ੍ਰੋਬਲਮ ਲੱਗਦੀ ਏ ਇਹਦੇ ਵਿੱਚ ਜਿਹੜੇ ਬੰਦੇ ਇੰਟਰਨੈਟ ਨਹੀਂ ਜਾਣਦੇ ਜੀ ਮਸ਼ਹੂਰ ਉਮਰਾਂ ਹੋ ਗਈਆਂ ਨਹੀਂ ਆਉਂਦਾ ਉਹ ਕਿਸੇ ਆਪਣੇ ਪੁੱਤਰੇ ਦੋਤਰੇ ਨੂੰ ਵੀ ਕਹਿੰਦੇ ਆ ਤੇ ਮੈਨੂੰ ਆ ਗੀਤ ਪੁੱਤ ਮੈਨੂੰ ਚੰਗਾ ਲੱਗਦਾ ਮੇਰੇ ਕੰਨੀਆਂ ਪਿਆ ਸੀ ਪਹਿਲੀ ਗੱਲ ਹੈ ਚੰਗਾ ਗੀਤ ਕੰਨੀਆਂ ਪੈਂਦਾ ਨਹੀਂ ਕਿਸੇ ਵਾਸਤੇ ਇੱਕ ਗੀਤ ਕਿੰਨਾ ਕੁ ਮਿਲੀਅਨ ਹੋ ਜੇ ਜਾਂ ਕਿੰਨੇ ਕੁ ਕਲਿੱਕਾਂ ਵੱਜ ਜਾਣ ਕੇ ਤਸੱਲੀ ਹੋ ਜਾਂਦੀ ਹੈ ਤੁਹਾਨੂੰ ajo 2 4 ਗਾਣੇ ਹਿੱਟ ਹੋਣ ਦੇ ਨਾਲ ਬੰਦਾ ਹਿੱਟ ਨਹੀਂ ਹੋ ਸਕਦਾ ਦੂਰਦਰਸ਼ਨ ਦੇ ਭਾਜੀ ਜੇ ਤੁਹਾਡਾ ਲੋਕਾਂ ਨੂੰ ਗੀਤ ਪਾ ਗਿਆ ਹੂੰ ਔਰ ਤੁਸੀਂ ਸਮਝ ਲੋ ਰਾਤੋ ਰਾਸਟਾਰ ਜਦੋਂ ਕੰਮ ਫੁੱਲ ਪੀਕ ਤੇ ਸੀ ਤਕਨੀਕ ਪ੍ਰੋਗਰਾਮ ਲੱਗ ਜਾਂਦੇ ਸੀ ਮੇਰੇ ਮਜੀਸ਼ਣਾ ਨੇ ਵੀ ਕਿਹਾ ਪਾਜੀ ਵੀ ਹੁਣ ਤੱਕ ਕੱਪੜੇ ਵੀ ਨਹੀਂ ਧੋਹਣ ਦੇ ਇੱਕ ਛੁੱਟੀ ਫਿਰ ਲਿਆ ਕਰੋ ਹਫਤੇ ਜੀ ਅੱਛਾ ਜੀ ਸਰਬਜੀ ਟੀਮਾਂ ਨੂੰ ਕਿਹੜਾ ਗੀਤ ਸੀ ਜਿਹੜਾ ਪੱਕੇ ਪੈਰੀ ਕਰ ਗਿਆ ਸੀ ਜੀ ਰਾਜ ਪੋਸਟਰ ਸੀ ਟੜਕੇ ਉੱਠ ਕੇ ਤੁੰਢ ਦੇ ਵਿੱਚ ਆਪ ਲਾਉਣੇ ਪੋਸਟਰ ਕੰਧਾਂ ਤੇ ਸੀ ਹਿੱਟ ਹੋਣ ਤੋਂ ਬਾਅਦ ਵੀ ਮੈਂ ਪੋਸਟਰ ਆਪਣਿਆਂ ਤੱਕ ਕਿੱਦਾਂ ਅਮਰਿੰਦਰ ਗਿੱਲ ਨੇ ਪਹਿਲਾ ਗੀਤ ਗਾਇਆ ਦਰਸਲੋ ਤੁਸੀਂ ਗਾਉਣਾ ਸੀ ਉਹ ਗੀਤ ਤੁਹਾਡੇ ਹਿੱਸੇ ਆਇਆ ਸੀ ਪਰ ਤੁਸੀਂ ਉਹਨਾਂ ਨੂੰ ਦਿੱਤਾ ਇੱਕ ਕਲਾਕਾਰ ਨੂੰ ਇਸ ਤਰ੍ਹਾਂ ਲੰਬਾ ਮੈਦਾਨ ਮਾਰਨ ਦੇ ਵਾਸਤੇ ਕੀ ਮਹਿਸੂਸ ਕਰਦੇ ਹੋ ਸਭ ਤੋਂ ਪਹਿਲਾਂ ਇਹਦਾ ਜਿਹੜਾ ਪ੍ਰਾਇਮੇਸ਼ੀਆ ਟੈਲੀਵਿਜ਼ਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਦਾ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਅਤੇ ਹਾਰਦਿਕ ਸਵਾਗਤ। ਦੋਸਤੋ ਅੱਜ ਦੇ ਪ੍ਰੋਗਰਾਮ ਵਿੱਚ ਸਾਫ ਸੁਥਰੇ ਗੀਤਾਂ ਦਾ ਸਰਣਾਵਾ ਪੰਜਾਬੀ ਗਾਇਕ, ਗੀਤਕਾਰ, ਅਦਾਕਾਰ ਪੈਸਾ ਜਿਵੇਂ ਨਚਾਈ ਜਾਂਦਾ ਤੇ ਦੁਨੀਆ ਨੱਚੀ ਜਾਂਦੀ ਹੈ। ਪੰਜਾਬ ਨੱਚਦਾ ਉਹਨਾਂ ਦੇ ਅੰਦਰ ਤੇ ਉਹਨਾਂ ਦੇ ਗੀਤਾਂ ਦੇ ਵਿੱਚੋਂ ਝਲਕਦਾ ਸਾਫ ਨਜ਼ਰ ਆਉਂਦਾ ਹੈ। ਮੇਲਾ ਵੇਖਦੀ ਏ ਮੁਟਿਆਰੀ ਮੇਲਾ ਤੈਨੂੰ ਦੇਖਦਾ ਪੰਜਾਬੋ ਰਾਣੀ ਦੀ ਗੱਲ ਕੀਤੀ ਤੇ ਰੰਗਲੇ ਪੰਜਾਬ ਦੀਆਂ ਗੱਲਾਂ ਕਰਨ ਵਾਲੇ ਗਾਇਕ ਸਰਬਜੀਤ ਚੀਮਾ ਅੱਜ ਸਾਡੇ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਐ ਤੇ ਹਾਲ ਹੀ ਵਿੱਚ ਉਹਨਾਂ ਦਾ ਇੱਕ ਬਿਲਕੁਲ ਨਵਾਂ ਗੀਤ ਰਿਲੀਜ਼ ਹੋਇਆ ਉਸ ਤੇ ਬਾਬਤ ਵੀ ਗੱਲਾਂ ਬਾਤਾਂ ਕਰਾਂਗੇ ਇਹਨਾਂ ਦੇ ਸੰਘਰਸ਼ ਦੀਆਂ ਗੱਲਾਂ ਬਾਤਾਂ ਵੀ ਕਰਾਂਗੇ ਅਤੇ ਪੰਜਾਬੀ ਗਾਇਕੀ ਦੇ ਭਵਿੱਖ ਦੀਆਂ ਗੱਲਾਂ ਬਾਤਾਂ ਵੀ ਹੋਣਗੀਆਂ ਆਓ ਹੁਣ ਗਾਇਕ ਕਲਾਕਾਰ ਸਰਬਜੀਤ ਚੀਮਾ ਦਾ ਸਵਾਗਤ ਕਰੀਏ ਚੀਮਾ ਸਭ ਜੀਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਬਨੀ ਪਰਸਾ ਬਹੁਤ-ਬਹੁਤ ਮਿਹਰਬਾਨੀ ਜੀ ਮੇਰੇ ਵੱਲੋਂ ਵੀ ਤੁਹਾਨੂੰ ਤੁਹਾਡੀ ਸਮੁੱਚੀ ਟੀਮ ਨੂੰ ਤੇ ਸਭੂ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ-ਬਹੁਤ ਮਿਹਰਬਾਨੀ ਜੀ ਹਨ ਜੀ ਚੀਮਾ ਸਾਹਿਬ ਸਭ ਤੋਂ ਪਹਿਲਾਂ ਆਪਾਂ ਜ਼ਿਕਰ ਉਸੇ ਗੱਲ ਦਾ ਕਰੀਏ ਕਿ ਜਿਹੜਾ ਗੀਤ ਤੁਸੀਂ ਕੀਤਾ ਮੈਂ ਵੇਖ ਰਿਹਾ ਕਿ ਸਾਨੂੰ ਲੱਗਦਾ ਹੈ ਕਿ ਸਰਬਜੀਤ ਚੀਮਾ ਦੇ ਅੰਦਰ ਬਹੁਤ ਕੁਝ ਗਾਉਣ ਵਾਲਾ ਪਿਆ ਹੈ ਸੁਣਾਉਣ ਵਾਲਾ ਪਿਆ ਜਦੋਂ ਤੁਸੀਂ ਕਾਫੀ-ਕਾਫੀ ਸਮਾਂ ਗੀਤ ਰਿਲੀਜ਼ ਨਹੀਂ ਕਰਦੇ ਜਿਹੜੇ ਅਸੀਂ ਤੁਹਾਡੇ ਫੈਨ ਹੈ ਤੁਹਾਨੂੰ ਪਸੰਦ ਕਰਨ ਵਾਲੇ ਲੋਕ ਵੱਡੀ ਗਿਣਤੀ ਵਿੱਚ ਨੇ ਉਹਨਾਂ ਨੂੰ ਕਿਤੇ ਕਿਤੇ ਲੱਗਦਾ ਹੈ ਕੀ ਗੱਲ ਸਰਵਜੀਤ ਚੀਮਾ ਚੁੱਪ ਕਿਉਂ ਕਰਦੇ ਜਾ ਰਹੇ ਨੇ ਕੀ ਕਾਰਨ ਕਿ ਇੰਨਾ ਲੰਬਾ ਗੈਪ ਪਾਉਣ ਤੋਂ ਬਾਅਦ ਤੁਸੀਂ ਆ ਇੱਕ ਵਾਰੀ ਫਿਰ ਗੀਤ ਕੀਤਾ ਇਹ ਬੇਰੀ ਪਾਲ ਸਾਹਿਬ ਜਿਹੜਾ ਜੱਟ ਤੇ ਟਰੱਕ ਗੀਤ ਆਪਣਾ ਰਿਲੀਜ਼ ਆਇਆ ਜੀ ਇਹਦਾ ਹੁਣ ਗੈਪ ਪੈਣ ਦਾ ਇੱਕ ਕਾਰਨ ਹੈ ਕਿ ਅਸੀਂ ਇੱਕ ਸੌੜੀ ਫਿਲਮ ਰਿਲੀਜ਼ ਹੋਣੀ ਸੀਗੀ ਜੀ ਉਹ ਕਈ ਵਾਰੀ ਆਪਾਂ ਸੋਚਦੇ ਹੋਰ ਤਰੀਕੇ ਨਾਲ ਵੀ ਇਸ ਫਿਲਮ ਦੇ ਵਿੱਚ ਆ ਦੋ ਗੀਤ ਆਏ ਆ ਆ ਅੱਗੇ ਆ ਗੀਤ ਲਾਈਨ ਦੇ ਵਿੱਚ ਲੱਗੇ ਹੋਏ ਆ ਤੇ ਉਹ ਫਿਲਮ ਡਿਲੇ ਹੋ ਗਈ ਜੀ ਅੱਛਾ ਜੀ ਆ ਜਿਹੜਾ ਜੱਟ ਤੇ ਟਰੱਕ ਗੀਤ ਸੀਗਾ ਇਹਦੇ ਨਾਲੋਂ ਪਹਿਲਾਂ ਦੋ ਤਿੰਨ ਗੀਤ ਅਸੀਂ ਹੋਰ ਸਿੰਗਲ ਟਰੈਕ ਵੀ ਉਹ ਵੀ ਰੈਡੀ ਨੇ ਜੀ ਹੁਣ ਉਹਨਾਂ ਤੇ ਕੰਮ ਚੱਲਦਾ ਸੀ ਤੇ ਇਹ ਸਾਨੂੰ ਫੇਰ ਇੱਕਦਮ ਹੋਣ ਲੱਗਿਆ ਕਿ ਇਹ ਜਿਹੜਾ ਟਾਈਮ ਹੋਣ ਚੱਲ ਰਿਹਾ ਜੀ ਕੋਵਿਡ ਦਾ ਇਹਦੇ ਵਿੱਚ ਡਰਾਈਵਰ ਵੀਰਾਂ ਭੈਣਾਂ ਭਰਾਵਾਂ ਦੇ ਸਾਡੇਾਂ ਦੀ ਬਹੁਤ ਜ਼ਿਆਦਾ ਇਹਨਾਂ ਦਾ ਯੋਗਦਾਨ ਹੈ ਫੇ ਸਾਨੂੰ ਇਹਨਾਂ ਨੂੰ ਅਸੀਂ ਗੀਤ ਤੇ ਡੈਡੀਕੇਟ ਕਰੀਏ ਇਹਨਾਂ ਦਾ ਹੌਸਲਾ ਹਿੰਮਤ ਵਧਾਈਏ ਇਹਨਾਂ ਨੂੰ ਦਾਤ ਦੇਈਏ ਤੇ ਜਿਹੜਾ ਗੇਤੇ ਲੇਟ ਕਰਨ ਦਾ ਰੀਜਨ ਜਿਹੜਾ ਹੋਇਆ ਜੀ ਲੇਟ ਹੋਣ ਦਾ ਉਹ ਮੈਂ ਇਹੀ ਕਹਿ ਸਕਦਾ ਕਿ ਸਾਡਾ 4-5 ਗੀਤਾਂ ਤੇ ਇਕੱਠਾ ਕੰਮ ਤੋਰਿਆ ਹੋਇਆ ਸੀ ਆ 2-3 ਮਹੀਨੇ ਤੋਂ ਕੋਵਿਡ ਵਿੱਚ ਆਵੜਿਆ ਇੱਕ ਜਿਹੜੀ ਉਹ ਫਿਲਮ ਦੇ ਸਾਡੇ ਮੇਰੇ ਦੋ ਗੀਤ ਡਿਲੇ ਹੋ ਗਏ ਉਹਦੇ ਕਰਕੇ ਗੈਪ ਜਿਹੜਾ ਜੀ ਇਹ ਥੋੜਾ ਜਿਹਾ ਜ਼ਿਆਦਾ ਲੱਗਣ ਲੱਗ ਪਿਆ ਬਟ ਹੁਣ ਮੈਂ ਤੁਹਾਡੇ ਨਾਲ ਵਾਦਾ ਕਰਦਾ ਆਪਣੇ ਚਾਹਣ ਵਾਲਿਆਂ ਦੇ ਨਾਲ ਹੀ ਮੈਂ ਇਸ ਗੱਲ ਦਾ ਵਾਦਾ ਕਰਦਾ ਵੀ ਹੁਣ ਮਗਰ ਚਾਰ ਪੰਜ ਗੀਤ ਸਿੰਗਲ ਇੱਕ ਪੂਰੀ ਐਲਬਮ ਜਿਹੜੀ ਆਹ ਗੱਲ ਤੁਸੀਂ ਖਰੀ ਕੀਤੀ ਆ ਮੈਂ ਸਵਾਲ ਤੁਹਾਨੂੰ ਪੁੱਛਣਾ ਸੀ ਕਿ ਤੁਸੀਂ ਉਹ ਯੁੱਗ ਦੇਖਿਆ ਤੇ ਸਾਨੂੰ ਸੁਣਾਇਆ ਤੁਹਾਡੀਆਂ ਐਲਬਮ ਦਾ ਸਾਨੂੰ ਹਮੇਸ਼ਾ ਤੋਂ ਇੰਤਜ਼ਾਰ ਰਿਹਾ ਮੈਨੂੰ ਲੱਗਦਾ ਹੁਣ ਪੰਜਾਬੀ ਕਲਾਕਾਰ ਇੱਕ ਵਾਰ ਫੇਰ ਐਲਬਮ ਵਾਲੇ ਯੋਗੋਵਾਲ ਪਰਤਣਗੇ ਤੇ ਪਰਤਣਾ ਵੀ ਚਾਹੀਦਾ ਕਿਉਂਕਿ ਕਈ ਵਾਰੀ ਹੁਣ ਹੋ ਸਕਦਾ ਜੱਟ ਤੇ ਟਰੱਕ ਤੁਸੀਂ ਗੀਤ ਗਾਇਆ ਇੱਕ ਫਿਰਕੇ ਨੂੰ ਬਹੁਤ ਪਸੰਦ ਹੋਵੇ ਇੱਕ ਨੂੰ ਬੜਾ ਹੀ ਜ਼ਿਆਦਾ ਪਸੰਦ ਹੋਵੇ ਇੱਕ ਨੂੰ ਠੀਕ ਹੋਵੇ ਇੱਕ ਨੂੰ ਪਸੰਦ ਹੀ ਨਾ ਹੋਵੇ ਜਦੋਂ ਅਸੀਂ ਐਲਬਮ ਸੁਣਦੇ ਆ ਉਹ ਫਲੇਵਰ ਆ ਇੱਕ ਗੁਲਦਸਤਾ ਸਭ ਕੁਝ ਮਿਲ ਜਾਂਦਾ ਜੀ ਸੋ ਹੁਣ ਕਦੋਂ ਤੱਕ ਅਸੀਂ ਇੰਤਜ਼ਾਰ ਕਰੀਏ ਜੀ ਅਸੀਂ ਉੱਤੇ ਆਲਰੇਡੀ ਬਰੀਪਾਲ ਸਾਹਿਬ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਮੈਨੂੰ ਲੱਗਦਾ ਕਿ ਬਹੁਤ ਤੋਂ ਵੱਧ ਮੈਕਸਿਮਮ 5 ਜਾਂ 6 ਮਹੀਨੇ ਦੇ ਵਿੱਚ ਉਹ ਪਰ ਰਿਲੀਜ਼ ਕਰ ਦਾਂਗੇ ਸੋ ਲਗਭਗ ਇਸ ਸਾਲ ਜਾਂਦੇ ਜਾਂਦੇ ਹੋ ਸਕਦਾ ਹੈ ਕਿ ਦਸੰਬਰ ਤੱਕ ਇਸ ਸਾਲ ਦੇ ਐਂਡ ਤੱਕ ਜਾਂ ਚੜਦੇ ਬਰੇ ਔਰ ਇਹਦੇ ਵਿੱਚ ਸਾਨੂੰ ਜਿਹੜੇ ਸਿੰਗਲ ਗੀਤ ਹੋਰ ਆ ਜੀ ਐਲਬਮ ਤੋਂ ਅਲੱਗ ਅਸੀਂ ਕੀਤੇ ਪਏ ਪਹਿਲਾਂ ਦੇ ਉਹ ਉਹ ਅਸੀਂ ਪਹਿਲਾਂ ਰਿਲੀਜ਼ ਕਰ ਗਏ ਜੀ ਜੇ ਮੈਂ ਸਭ ਮੈਨੂੰ ਹੁਣ ਦੱਸਿਓ ਤੁਸੀਂ ਲਗਭਗ ਐਲਬਮ ਉਹ ਟੇਪਾਂ ਵੀ ਦੇਖਾਂ ਕਿ ਸੈੱਟ ਹੁੰਦੀ ਸੀ ਜਿਹੜੀਆਂ ਕਮਾ ਲੈਂਦੇ ਸੀ ਉਹ ਤੋਂ ਬਾਅਦ ਸੀ ਡੀਜ਼ ਆ ਗਈਆਂ ਤੁਸੀਂ ਲਗਭਗ ਉਹ ਸਾਰਾ ਕੁਝ ਦੇਖ ਲਿਆ ਜੇ ਤੁਸੀਂ ਉਹਨਾਂ ਵੇਲਿਆਂ 'ਚ ਗਾਇਆ ਰਹੀ ਤਾਂ ਉਹ ਚੱਲ ਪੱਥਰ ਵਾਲੇ ਤਵੇ ਜਾਂ ਤਵੇ ਤਾਂ ਚੱਲਦੇ ਆਪਾਂ ਦੇਖੇ ਆ ਹਾਂਜੀ ਹਾਂਜੀ ਸੋ ਹੁਣ ਲਗਭਗ ਇਹ ਨਹੀਂ ਕਿ ਆਪਾਂ ਕਹੀਏ ਕਿ ਆ ਤਜਰਬਾ ਨਹੀਂ ਕੀਤਾ ਆ ਤਜਰਬਾ ਨਹੀਂ ਕੀਤਾ ਸਾਰੇ ਤਜਰਬੇ ਉਹਨਾਂ ਦੇ ਨਾਲੋਂ ਜਿਹੜਾ ਹੁਣ ਦਾ ਤਜਰਬਾ ਡਿਜੀਟਲ ਦਾ ਚੱਲ ਰਿਹਾ ਇਹ ਚੰਗਾ ਲੱਗਦਾ ਜਾਂ ਮਾੜਾ ਲੱਗਦਾ ਦੇਖੋ ਚੰਗਾ ਤੇ ਸਮੇਂ ਦੇ ਨਾਲ-ਨਾਲ ਟੜਨਾ ਪੈਂਦਾ ਜੀ ਚੰਗਾ ਤੇ ਲੱਗਦਾ ਇਹ ਸਮੇਂ ਦੇ ਨਾਲ ਜਿਹੜਾ ਬੰਦਾ ਸਮੇਂ ਦੇ ਨਾਲ ਨਹੀਂ ਤੁਰਦਾ ਉਹ ਬੰਦਾ ਪਿੱਛੇ ਰਹਿ ਜਾਂਦਾ ਬਿਲਕੁਲ ਔਰ ਪਰ ਇਹਦੀ ਇੱਕ ਤਰਾਸਤੀ ਜ਼ਰੂਰ ਹੈ ਕਿ ਹੁਣ ਜਦੋਂ ਦੁਕਾਨਾਂ ਤੇ ਮਾਲ ਪਿਆ ਹੁੰਦਾ ਸੀਗਾ ਜੀ ਉਦੋਂ ਇੱਕ 90 ਸਾਲ ਦਾ ਬਜ਼ੁਰਗ ਤੇ ਸਾਡੀ ਮਾਂ ਉਹ ਵੀ ਜਾ ਕੇ ਉਥੋਂ ਚੀਜ਼ ਖਰੀਦ ਸਕਦੀ ਸੁਣ ਸਕਦੇ ਸੀ ਹੁਣ ਜਿਹੜੀ ਮੈਨੂੰ ਤਰਾਸਦੀ ਲੱਗਦੀ ਹੈ ਸੰਗੀਤ ਦੀ ਜਿਹੜੀ ਮੈਨੂੰ ਪ੍ਰੋਬਲਮ ਲੱਗਦੀ ਹੈ ਇਹਦੇ ਵਿੱਚ ਜਿਹੜੇ ਬੰਦੇ ਇੰਟਰਨੈਟ ਨਹੀਂ ਜਾਣਦੇ ਜੀ ਮਚੂਰ ਉਮਰਾਂ ਹੋ ਗਈਆਂ ਨਹੀਂ ਆਉਂਦਾ ਉਹ ਕਿਸੇ ਆਪਣੇ ਪੁੱਤਰੇ ਦੋਤਰੇ ਨੂੰ ਵੀ ਕਹਿੰਦੇ ਆ ਵੀ ਮੈਨੂੰ ਆ ਗੀਤ ਪੁੱਤ ਮੈਨੂੰ ਚੰਗਾ ਲੱਗਦਾ ਮੇਰੇ ਕੰਨੀਆਂ ਪਿਆ ਸੀ ਪਹਿਲੀ ਗੱਲ ਹੈ ਚੰਗਾ ਗੀਤ ਕੰਨੀਆਂ ਪੈਂਦਾ ਨਹੀਂ ਕਿਸੇ ਪਾਸੇ ਤਾਂ ਜੇ ਕਿਸੇ ਦੇ ਪੈ ਗਿਆ ਤੇ ਜੋ ਬਜ਼ੁਰਗ ਚਾਹਵੇ ਵੀ ਮੈਨੂੰ ਆ ਗੀਤ ਮੇਰਾ ਕੋਈ ਪੁੱਤਰਾ ਦੋਤਰਾ ਕਰ ਦੇਵੇ ਡਾਊਨਲੋਡ ਇਹ ਚੀਜ਼ ਬਹੁਤ ਮਾੜੀ ਹੋਈ ਹੈ ਜੀ ਹੁਣ ਤਾਂ ਹੀ ਆ ਜਿਹੜਾ ਪਛਾਲ ਆਇਆ ਸੌਰੀ ਟੂ ਸੇ ਸਾਰੇ ਆਪਣੀ ਆਪਣੀ ਜਗ੍ਹਾ ਅੱਛਾ ਕੰਮ ਕਰਦੇ ਆ ਉਹਦਾ ਜਿਹੜਾ ਐ ਬਈ ਉਹ ਸਭ ਕੁਝ ਮਾਰਕੀਟ ਨੇ ਇਹ ਸਟੱਡੀ ਕੀਤਾ ਕਿ ਕਿਹੜੀ ਏਜ ਦਾ ਕਿਹੜੀ ਉਮਰ ਦਾ ਵਰਗ ਆ ਜਿਹੜਾ ਕਲਿੱਕਾਂ ਮਾਰਦਾ ਉਹਨੂੰ ਉਹਨਾਂ ਨੂੰ ਉਹ ਚੀਜ਼ ਦੋ ਉਹੀ ਪ੍ਰੋਸੀਜਰ ਰਹੇ ਨੇ ਦੇਖੀ ਜਾਣੀ ਐ ਜੀ ਹਮ ਜਿਵੇਂ ਸਭ ਇਹ ਤਾਂ ਗੱਲ ਤੁਹਾਡੀ ਮੰਨਣ ਵਾਲੀ ਆ ਕਿ ਹੁਣ ਹਰ ਇੱਕ ਦੀ ਪਹੁੰਚ ਤੋਂ ਇੱਕੰਮ ਦੂਰ ਹੋ ਗਿਆ ਜੀ ਜੀ ਪਰ ਹੁਣ ਪਮਾਨਾ ਇੰਨਾ ਕੀ ਰਹਿ ਗਿਆ ਕਿ ਮੇਰੇ ਐਨੇ ਮਿਲੀਅਨ ਹੋ ਗਏ ਮੇਰੇ ਐਨੇ ਮਿਲੀਅਨ ਹੋ ਗਏ ਇੱਕ ਗੀਤ ਕਿੰਨਾ ਕੁ ਮਿਲੀਅਨ ਹੋ ਜਾਏ ਜਾਂ ਕਿੰਨੇ ਕੁ ਕਲਿੱਕਾਂ ਵੱਜ ਜਾਣ ਕੇ ਤਸੱਲੀ ਹੋ ਜਾਂਦੀ ਐ ਤੇ ਮੈਨੂੰ ਲੱਗਦਾ ਜੀ ਦੇਖੋ ਇਹ ਸਭ ਨੂੰ ਪਤਾ ਹੁੰਦਾ ਜਿਹੜੇ ਕੰਪਨੀ ਵਾਲੇ ਬੰਦੇ ਆ ਉਹ ਕਿਵੇਂ ਪਹਿਲਾਂ ਗਰਾਉਂਡ ਬਣਾ ਕੇ ਗੀਤ ਨੂੰ ਛੱਡਦੇ ਆ ਹਮ ਹਮ ਪ੍ਰੋਮੋਸ਼ਨਲ ਜਿਹੜੀ ਪ੍ਰੋਮੋਸ਼ਨ ਕਰਦੇ ਆ ਜੀ ਉਹ ਐਂਡ ਪਾਉਂਦੇ ਆ ਜੀ ਪ੍ਰੋਪਰ ਹਮ ਹਮ ਤੇ ਕਈ ਨਕਲੀ ਵੀਊ ਵੀ ਲਈ ਜਾਂਦੇ ਆ ਉਹ ਤਸੱਲੀ ਇੱਕ ਲੋਕਾਂ ਨੂੰ ਦਿਖਾਉਣ ਨੂੰ ਜ਼ਿਆਦਾ ਹੁੰਦੀ ਜਾਂਦੀ ਆ ਤੁਹਾਨੂੰ ਜ਼ਿਆਦਾ ਸੰਗੀਤ ਨੂੰ ਜਿਹੜੇ 50 ਮਿਲੀਅਨ ਜਾਂ 70 80 ਮਿਲੀਅਨ ਤੁਸੀਂ ਸੋਚ ਕੇ ਦੇਖੋ ਕਿ ਸੰਗੀਤ ਨੂੰ ਚਾਹਣ ਵਾਲੇ ਬੰਦੇ ਕਿੰਨੇ ਕਰੇ ਉਹ ਤਾਂ 700 ਮਿਲੀਅਨ 800 ਮਿਲੀਅਨ ਇੱਥੇ ਵੀ ਕਮ ਹੋ ਗਿਆ ਸਾਡਾ ਜੀ 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 ਤੇ ਉਹ ਹੁਣ ਪਤਾ ਨਹੀਂ ਜੀ ਹੁੰਦੇ ਹੋਣਗੇ ਮੇਬੀ ਸਾਡੀ ਨੌਲੇਜ ਨਾ ਹੋਵੇ ਜੀ ਕਿਸ ਤਰ੍ਹਾਂ ਹੁੰਦੇ ਆ ਕੋਈ ਬੰਦਾ 10 ਵਾਰ ਦੇਖਦਾ ਖੋਲਦਾ 50 ਵਾਰ ਖੋਲਦਾ ਸ਼ਾਇਦ ਕੋਈ ਤਾਂ ਹੋ ਸਕਦਾ ਪਰ ਇਹਦੇ ਬਾਰੇ ਕੋਈ ਮੇਰੀ ਇਹਦੀ ਐਵੇਂ ਕਹਾਂ ਜੀ ਕੋਈ ਜ਼ਿਆਦਾ ਸਟੱਡੀ ਨਹੀਂ ਹੈਗੀ ਜੀ ਜੀਮਾ ਸਭ ਹੁਣ ਇਹ ਦੱਸਿਓ ਤੁਸੀਂ ਸੰਘਰਸ਼ ਕੀਤਾ ਤੁਸੀਂ ਸਟੈਬਲਿਸ਼ ਵੀ ਹੋਏ ਉਹ ਜਿਹੜੀ ਪ੍ਰਾਪਤੀ ਤੁਹਾਡੇ ਹਿੱਸੇ ਆ ਗਈ ਬਹੁਤ ਸਾਰੇ ਇਸ ਵਕਤ ਸਾਡੇ ਦਰਸ਼ਕ ਵੇਖਦੇ ਹੋਣਗੇ ਜਿਹੜੇ ਗਾਉਣਾ ਚਾਹੁੰਦੇ ਹੋਣਗੇ ਜਾਂ ਗਾ ਰਹੇ ਹੋਣਗੇ ਉਹ ਚਾਹੁੰਦੇ ਹੋਣਗੇ ਕਿ ਸਾਡੇ ਹਿੱਸੇ ਵੀ ਉਹ ਪ੍ਰਾਪਤੀ ਆਵੇ ਪਰ ਸਾਰਿਆਂ ਦੇ ਹਿੱਸੇ ਨਹੀਂ ਆਉਂਦੇ ਇੱਕ ਕਿਸਮਤ ਵਾਲਾ ਕੋਈ ਕੋਈ ਜਿਹਦੇ ਝੰਡੇ ਝੂਲਣ ਲੱਗਦੇ ਆ ਮੈਨੂੰ ਇਹ ਦੱਸਿਓ ਸਮਾਂ ਇੱਕੋ ਜਿਹਾ ਕਦੇ ਵੀ ਨਹੀਂ ਰਹਿਣਾ ਜੀ ਜੀ ਕਦੇ ਜਿਹੜਾ ਅੱਜ ਵਾਲਾ ਸਮਾਂ ਹੈ ਕੱਲ ਨਹੀਂ ਜਿਹੜਾ ਕੱਲ ਵਾਲਾ ਸੀ ਉਹ ਅੱਜ ਨਹੀਂ ਹੁਣ ਜਿਹੜੇ ਦਰਸ਼ਕ ਇਸ ਖੇਤਰ ਦੇ ਵਿੱਚ ਕੁੱਦਣਾ ਚਾਹੁੰਦੇ ਆ ਉਹਨਾਂ ਵਾਸਤੇ ਇਹ ਫੀਲਡ ਔਖਾ ਹੈ ਫੀਲਡ ਸੁਖਾਲਾ ਹੈ ਸਟਰਗਲ ਹੈ ਕਿਹੋ ਜਿਹਾ ਫੀਲਡ ਹੈ ਜੀ ਅ ਜੇ ਮੈਂ ਦੇਖੋ ਜੀ ਮੈਨੂੰ ਪ੍ਰਮਾਤਮਾ ਨੇ ਮਿਹਰ ਕੀਤੀ ਆ ਪਰ ਲੋਕਾਂ ਨੇ ਇੰਨਾ ਪਿਆਰ ਦਿੱਤਾ ਝੋਲੀ ਭਰੀ ਆ ਔਰ ਮੇਰੀ ਈਕਾਤ ਤੋਂ ਕਿਤੇ ਵੱਧ ਜਿੱਦਾਂ ਦੀ ਮੇਰੀ ਹੋਂਦ ਸੀ ਚਲੋ ਮੈਂ ਮਿਹਨਤ ਬਹੁਤ ਜ਼ਿਆਦਾ ਕੀਤੀ ਆਪਣੇ profession ਦੇ ਵਿੱਚ ਪਰ ਮੈਂ ਜੋ ਸਟੱਡੀ ਕੀਤਾ 27 28 ਸਾਲ ਦੇ ਵਿੱਚ ਜੀ ਇਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕਿਸੇ ਨੂੰ ਹੁਣ ਨੰਨਾ ਪਾ ਰਿਹਾ ਹਾਂ ਹੂੰ ਹੂੰ ਮੇਰਾ ਮਤਲਬ ਇਹ ਹੈ ਵੀ ਇਹ ਫੀਲਡ ਨੂੰ ਅਸੀਂ ਇੰਨਾ ਸੁੱਖਾ ਨਾ ਲਈਏ ਜਿੰਨਾ ਸਮਝ ਰਹੇ ਆਂ ਜਿੰਨਾ ਸਮਝ ਰਹੇ ਆਂ ਇਹ ਫੀਲਡ ਇੰਨਾ ਸੁੱਖਾ ਨਹੀਂ ਗਿਆ ਕਲਾ ਆ ਔਰ ਜਿਹੜਾ ਬੰਦਾ ਆਪਣੀ ਕਲਾ ਦੇ ਨਾਲ ਲੋਕਾਂ ਨੂੰ ਕੀਲ ਗਿਆ ਹੂੰ ਉਹ ਕਲਾਕਾਰ ਬਣ ਗਿਆ ਹੂੰ ਔਰ ਤੁਸੀਂ ਲੋਕਾਂ ਦੇ ਅੱਖਾਂ ਰਾਹੀਂ ਲੋਕਾਂ ਦੇ ਕੰਨਾਂ ਰਾਹੀਂ ਤੁਹਾਨੂੰ ਲੋਕਾਂ ਦੇ ਦਿਲ ਚ ਉਤਰਨਾ ਪੈਂਦਾ ਫੇ ਤੁਹਾਡੀ ਜਾ ਕੇ 10 15 20 25 30 ਸਾਲ ਤੱਕ ਤੁਸੀਂ ਕਿੰਨਾ ਸਰਵਾਈਵ ਕਰਦੇ ਆ ਔਰ ਗਾਣੇ ਹਿੱਟ ਹੋਣ ਦੇ ਨਾਲ ਇੱਕ ਗਾਣਾ ਜਾਂ 2 4 ਗਾਣੇ ਹਿੱਟ ਹੋਣ ਦੇ ਨਾਲ ਬੰਦਾ ਹਿੱਟ ਨਹੀਂ ਹੋ ਸਕਦਾ ਨਾ ਸਰਵਾਈਵ ਕਰ ਸਕਦਾ ਇਹਦੇ ਖਰਚੇ ਬੜੇ ਆ ਔਰ ਫਿਰ ਦੂਸਰੀ ਗੱਲ ਹੈ ਵਨੀਪਲ ਭਾਜੀ ਇਹ ਗੱਲ ਹੈ ਕਿ ਜਦੋਂ ਬੰਦਾ ਇਸ ਲਾਈਨ ਦੇ ਵਿੱਚ ਇੱਕ ਵਾਰੀ ਆ ਗਿਆ ਤੇ ਉਹ ਫਿਰ ਹੋਰ ਕੰਮ ਹੋਰ ਜਗ੍ਹਾ ਰਹਿੰਦੇ ਨਹੀਂ ਉਹਦੇ ਲਈ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਸਾਡਾ ਸਮਾਜ ਤਾਨੇ ਮਾਰ ਮਾਰ ਕੇ ਮਾੜੇ ਸਿੰਗਰ ਨੂੰ ਮਾਰਦਾ ਆ ਫਰਦਾ ਸਟਾਰ ਹਾਂ ਅਛਾ ਬਹੁਤ ਟਿੱਡਾ ਟਿੱਡਾ ਜਾ ਕੰਮ ਆ ਜੀ ਜੀ ਅਛਾ ਇੱਕ ਗੀਤ ਕਈ ਕਹਿੰਦੇ ਆਪਾਂ ਇੱਕ ਗੀਤ ਛੱਡ ਕੇ ਦੇਖਦੇ ਆਂ ਬਈ ਨਾਲ ਦੀ ਉਂਗਲਾ ਲਾਈ ਜਦੋਂ ਤੂੰ ਗਾਉਂਦਾ ਬਹੁਤ ਵਧੀਆ ਤੂੰ ਗਾਉਂਦਾ ਹੋ ਸਕਦਾ ਘਰੇ ਤਾਂ ਬੈਠਾ ਮੈਂ ਵੀ ਗਾਉਂਦਾ ਵਧੀਆ ਹੋਵਾਂ ਜਿਹੜੇ ਨਾਲ ਦੇ ਕਈ ਤਾਂ ਵਿਗਾੜਦੇ ਆ ਕਈ ਉਂਗਲਾਂ ਲਾਉਂਦੇ ਆ ਇੱਕ ਗੀਤ ਜੇ ਛੱਡਣਾ ਹੋਵੇ ਚੰਗੇ 뮤직 ਡਾਇਰੈਕਟਰ ਤੋਂ ਮਿਊਜ਼ਿਕ ਕਰਾਉਣਾ ਚੰਗੇ ਵੀਡੀਓ ਡਾਇਰੈਕਟਰ ਤੋਂ ਵੀਡੀਓ ਕਰਵਾਉਣੀ ਐ ਚੰਗੀ ਪ੍ਰਮੋਸ਼ਨ ਜੀ ਤੁਸੀਂ ਗੱਲ ਕੀਤੀ ਐ ਐਡ ਕਰਨੀ ਐ ਗੀਤ ਤੇ 5 ਲੱਖ 10 ਲੱਖ 15 ਲੱਖ 20 ਲੱਖ ਜਾ 50000 ਕਿੰਨਾ ਇੱਕ ਬੋਝੇ ਚ ਚਾਹੀਦਾ ਹੈ ਕਿ ਬੰਦਾ ਲੋਕਾਂ ਨੂੰ ਪਤਾ ਲੱਗ ਜਾਏ ਕਿ ਕਿਸ ਦਾ ਗੀਤਾ ਹੈ ਜਿਵੇਂ ਤੁਸੀਂ ਪਾਜੀ ਸਵਾਲ ਕੀਤਾ ਕਿ ਜੇ ਚੰਗਾ ਕੰਮ ਕਰਨਾ ਹਾਂ ਇੱਕ ਬਿਲਕੁਲ ਨਵਾਂ ਸਿੰਗਰ ਹੈ ਮੁੰਡਾ ਨਮਾ ਜਾਂ ਕੁੜੀ ਹੂੰ ਹੂੰ ਉਹਨੇ ਗੀਤਕਾਰ ਤੋਂ ਲੈ ਕੇ ਹੂੰ ਹੂੰ ਹੁਣ ਅੱਜ ਨਵਾਂ ਬੰਦਾ ਉਹਨੇ ਚੰਗੇ ਗੀਤਕਾਰ ਨਾਮੀ ਦਾ ਜੇ ਗੀਤ ਲੈ ਲਿਆ ਲਿਖਿਆ ਹੋਇਆ ਉਸ ਗੀਤ ਤੋਂ ਲੈ ਕੇ ਫਿਰ ਉਹਦਾ ਸੰਗੀਤ ਫਿਰ ਉਹਦਾ ਪ੍ਰੋਪਰ ਵੀਡੀਓ ਤਾਂ ਫਿਰ ਉਹਦੇ ਇੱਥੇ ਤੱਕ ਜਾਣ ਦੇ ਨਾਲ ਵੀ ਕੰਪਨੀ ਨੇ ਫ੍ਰੀ ਆਫ ਕਾਸਟ ਉਸ ਗਾਣੇ ਨੂੰ ਰਿਲੀਜ਼ ਨਹੀਂ ਕਰਨਾ ਹੂੰ ਕੰਪਨੀ ਨੇ ਫਿਰ ਕਿਹਾ ਨਾ ਭਾਈ ਅਸੀਂ ਜੇ ਤੈਨੂੰ ਵੀਊ ਚਾਹੀਦੇ ਆ ਇਹ ਤੇ ਇੰਨਾ ਪੈਸਾ ਲੱਗਣਾ YouTube ਦੀ ਫੀਸ ਅੱਛਾ ਜੀ ਤੇ ਉੱਥੇ ਤੱਕ ਜਾਵਾਂਗੇ ਤੇ ਵੱਡਾ ਕੰਮ ਜਿਹੜਾ ਜੀ ਇਹ ਘੱਟ ਤੋਂ ਘੱਟ ਮੈਨੂੰ ਲੱਗਦਾ ਜੀ 25 ਤੋਂ 30 ਲੱਖ ਰੁਪਏ ਜਿਹੜਾ ਇੰਡੀਆ ਦਾ ਜੇ ਲੋਕਾਂ ਨੂੰ ਪਤਾ ਲਾਉਣਾ ਵੀ ਮੇਰਾ ਆਇਆ ਕੁਛ ਜੇ ਪਤਾ ਲਾਉਣ ਦੀ ਕੋਸ਼ਿਸ਼ ਕਰਨੀ ਆ ਕੋਸ਼ਿਸ਼ ਕੋਸ਼ਿਸ਼ ਉਹ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਯਾਰ ਇਹ ਜੇ ਐਡਾ ਵੱਡਾ ਅਸੀਂ ਕੰਮ ਕਰ ਲਿਆ ਨਾਮ ਵਰਗੀ ਰਾਈਟਰ ਦਾ ਗੀਤ ਲੈ ਲਿਆ ਤੇ ਚੰਗਾ ਸੰਗੀਤ ਲੈ ਲਿਆ ਤੇ ਬਹੁਤ ਵੱਡਾ ਵੀਡੀਓ ਬਣਾ ਲਿਆ ਲੋਕਾਂ ਨੇ ਜਿਹੜਾ ਸਲੂਟ ਦੇਣਾ ਉਹ ਓਵਰਆਲ ਉਹਦੀ ਪਰਫਾਰਮ ਲੋਕਾਂ ਨੂੰ ਜਚਿਆ ਕ ਨਹੀਂ ਜਚਿਆ ਤੁਸੀਂ ਲੋਕਾਂ ਦੀ ਕਚਰੀ ਦੇ ਵਿੱਚ ਪੇਸ਼ ਕਰ ਸਕਦੇ ਆ ਪਰ ਹਿੱਟ ਹੋਣ ਦੀ ਕੋਈ ਬੰਦਾ ਵੀ ਗਰੰਟੀ ਨਹੀਂ ਲੈ ਸਕਦਾ 1.25 ਲੱਖ ਲਾਤਾ ਮੈਂ ਹਿੱਟ ਹੋ ਜਾਣਾ ਹੁਣ ਤਾਂ ਵੀ ਆਪਣਾ ਕੰਮ ਸੂਤ ਹੀ ਆ ਜਾਣਾ ਇਹ じゃ ਕੁਛ ਨਹੀਂ ਨਾ ਜੀ ਨਾ ਨਾ ਉਹ ਕਿਤੇ ਕੋਈ ਗੱਲ ਕਲਿੱਕ ਕਰ ਵੀ ਜਾਵੇ ਕਿਸੇ ਨੂੰ ਪਰ ਉਸ ਤੋਂ ਬਾਅਦ ਵੀ ਦੂਸਰਾ ਫਿਰ ਤੀਸਰਾ ਫਿਰ ਚੌਥਾ ਜਿਹੜੀ ਅਸਲੀਅਤ ਆ ਜਦੋਂ ਤੁਸੀਂ ਮੈਂ ਪਹਿਲਾਂ ਵੀ ਗੱਲ ਕੀਤੀ ਜਦੋਂ ਤੁਸੀਂ ਇੱਥੇ ਉਤਰੇ ਲੋਕਾਂ ਦੇ ਜੀ ਘਰੋ ਘਰੀ ਫਿਰ ਉਹਦੋਂ ਤੁਸੀਂ ਅੰਦਰ ਵੜ ਕੇ ਬਹਿ ਗਿਆ ਜੀ ਬੰਦਾ ਫਿਰ ਜੀਮਾ ਸਾਹਿਬ ਸਟਰਗਲ ਤਾਂ ਹਮੇਸ਼ਾ ਹੀ ਰਹਿੰਦੀ ਹੈ ਜਦੋਂ ਤੁਸੀਂ 10 ਤੱਕ ਦਿੱਤੀ ਸੀ 93 94 ਦੇ ਵਿੱਚ ਉਹਨਾਂ ਵਾਲਿਆਂ ਚ 90 ਦੇ ਦਹਾਕੇ ਦੇ ਵਿੱਚ ਵੀ ਉਦੋਂ ਵੀ ਲੋਕਾਂ ਦੇ ਵਿੱਚ ਇਹ ਸੀਗਾ ਹੁਣ ਵੀ ਹੈ ਉਦੋਂ ਤੇ ਹੁਣ ਦੇ ਸੰਘਰਸ਼ ਦੇ ਵਿੱਚ ਕੋਈ ਫਰਕ ਪਿਆ ਜੀ ਹੁਣ ਸੁਖਾਲਾ ਜਦੋਂ ਔਖਾ ਸੀ ਐ ਮੈਨੂੰ ਲੱਗਦਾ ਜੀ ਹੁਣ ਥੋੜਾ ਜਿਹਾ ਆਪਾਂ ਕਹਿੰਦੇ ਆ ਸੁਖਾਲੀ ਚੀਜ਼ ਤਾਂ ਵੈਸੇ ਇਹ ਸੰਗੀਤ ਵਾਪਾਂ ਪਹਿਲਾਂ ਕੀਤੀ ਕੋਈ ਵੀ ਨਹੀਂ ਹੁੰਦੀ ਜੀ ਹੁਣ ਵੀ ਕਾਫੀ ਔਖਾ ਆ ਪਰ ਉਦੋਂ ਤੁਹਾਨੂੰ ਪ੍ਰੈਕਟੀਕਲ ਵਿਚਾਰਨਾ ਪੈਂਦਾ ਸੀ ਹੁਣ ਜਦੋਂ ਸਾਡੀਆਂ ਮੈਂ ਗੱਲ ਕਰਾਂ ਮੈਂ ਆਪਣੀ ਗੱਲ ਕਰਾਂਦਾ ਨਾ ਜੀ ਉਦੋਂ ਬਿਲਕੁਲ ਲਾਈਵ ਰਿਕਾਰਡਿੰਗ ਹੁੰਦੀ ਸੀ ਹਮ ਨਾਲ ਹੀ ਸਾਜੀ ਬੈਠਦੇ ਸੀ ਮੈਂ ਜਿਹੜੀ ਮੇਰੇ ਪਹਿਲੀਆਂ ਦੋ ਐਲਬਮਸ ਹੋਈਆਂ ਜੀ ਲਾਈਵ ਨੇ ਜਿਉ ਪੰਜਾਬੀ ਪ੍ਰਤੀਕ ਤੇ ਖੱਟਾ ਡੋਰੀਆ ਜੀ ਦੋਨੋਂ ਲਾਈਵ ਪੂਰਾ ਬੈਂਡ ਨਾਲ ਬੈਠਦਾ ਸੀ ਤੁਹਾਨੂੰ ਜਿਵੇਂ ਸਟੇਜ ਤੇ ਗਾਉਨੇ ਆਪਾਂ ਜਿਵੇਂ ਸਟੇਜ ਤੇ ਗਾਉਨੇ ਆ ਜੀ ਉਸੇ ਤਰ੍ਹਾਂ ਰਿਕਾਰਡਿੰਗ ਹੁੰਦੀ ਸੀ ਜੀ ਔਰ ਉਸ ਤੋਂ ਬਾਅਦ ਤੁਹਾਨੂੰ ਜੇ ਦੂਰਦਰਸ਼ਨ ਤੇ ਗਾਉਣਾ ਉਦੋਂ ਸਭ ਤੋਂ ਵੱਡਾ ਜਿਹੜਾ ਮੱਧਮ ਸਗਰ ਲੋਕਾਂ ਪਿੰਡਾਂ ਵਾਲੇ ਲੋਕਾਂ ਤੱਕ ਪਹੁੰਚਣ ਦਾ ਜੀ ਉਸੇ ਦੂਰਦਰਸ਼ਨ ਚੈਨਲ ਹਾਲੇ ਕੋਈ ਆਇਆ ਨਹੀਂ ਸੀ ਦੂਰਦਰਸ਼ਨ ਤੇ ਜਾ ਕੇ ਅਸੀਂ ਜੇ ਗਾਣਾ ਗਾਉਣਾ ਹੁੰਦਾ ਸੀ ਤੁਹਾਡਾ ਭਾਵੇਂ ਕੋਈ ਵੀ ਸੰਗੀਤ ਬਣਿਆ ਹੋਇਆ ਹੁਜਾ ਸਾਹਿਬ ਨੇ ਕੀਤਾ ਜਾਂ ਕਿ ਉੱਥੇ ਜਾ ਕੇ ਤੁਹਾਨੂੰ ਦੂਰਦਰਸ਼ਨ ਦਾ ਬੈਂਡ ਲੈ ਕੇ ਉੱਥੇ ਜਾ ਕੇ ਫਿਰ ਲਾਈਵ ਗਾਉਣਾ ਅਸੀਂ ਪਹਿਲੇ ਗੀਤ ਲਾਈਵ ਵੀ ਗਾਉਣਾ ਪੈਂਦਾ ਸੀ ਉੱਥੇ ਵੀ ਲਾਈਵ ਗਾਉਣਾ ਪੈਂਦਾ ਅੱਛਾ ਜੀ ਚਿਮਾ ਸਾਹਿਬ ਆਪਾਂ ਇਹ ਗੱਲਬਾਤ ਕਰਾਂਗੇ ਬਹੁਤ ਇੰਟਰਸਟਿੰਗ ਹੈ ਕਿ ਚਾਹੇ ਕਿੱਡੇ ਵੱਡੇ ਸੰਗੀਤ ਸਮਰਾਟ ਦਾ ਮਿਊਜ਼ਿਕ ਬਣਾਇਆ ਸੀ ਪਰ ਉੱਥੇ ਲਾਈਵ ਗਾਉਣਾ ਹੈ ਦੋਸਤੋ ਗੱਲਾਂ ਬਾਤਾਂ ਬਹੁਤ ਸਿੱਖਣ ਵਾਲੀਆਂ ਹੋਣਗੀਆਂ ਖਾਸ ਕਰਕੇ ਜੇਕਰ ਤੁਸੀਂ ਇਸ ਫੀਲਡ ਵਿੱਚ ਕੋਦਣਾ ਚਾਹੁੰਦੇ ਹੋ ਸਰਬਜੀਤ ਚਿਮਾ ਸਾਡੇ ਮਹਿਮਾਨ ਨੇ ਅਸੀਂ ਵਾਪਸ ਆਏ ਦੋਸਤੋ ਇੱਕ ਵਾਰੀ ਫਿਰ ਸਵਾਗਤ ਹੈ ਸਰਬਜੀਤ ਚੀਮਾ ਅੱਜ ਸਾਡੇ ਮਹਿਮਾਨ ਨੇ ਚੀਮਾ ਸਾਹਿਬ ਜਿਹੜਾ ਤੁਸੀਂ ਦੱਸਦੇ ਹੋ ਕਿ ਭਾਵੇਂ ਜਿੱਡਾ ਵਧੀਆ ਮਰਜੀ ਗੀਤ ਬਣਾਇਆ ਹੋਇਆ ਪਰ ਦੂਰਦਰਸ਼ਣੀ ਇੱਕ ਜ਼ਰੀਆ ਹੈ ਉਹਦੇ ਤੇ ਜਾਣਾ ਤੇ ਉਹਨਾਂ ਦੇ ਲਾਈਵ ਬੈਂਡ ਦੇ ਨਾਲ ਗਾਉਣਾ ਪ੍ਰੈਕਟਿਸ ਉਹਦੇ ਨਾਲ ਕੋਈ ਨਹੀਂ ਜਾਂ ਹੁੰਦੀ ਸੀ ਜੀ ਨਹੀਂ ਜਾ ਕੇ ਪਹਿਲਾਂ ਜਿਵੇਂ ਆਪਾਂ ਪਹੁੰਚ ਕੇ ਉਹਨਾਂ ਨੂੰ ਗਾਣਾ ਸੁਣਾਇਆ ਥੋੜੀ ਪ੍ਰੈਕਟਿਸ ਵੀ ਕਰਦੇ ਸੀ ਕਿਹੜਾ ਸੁਰ ਰੱਖਣਾ ਕਿਸ ਤਰ੍ਹਾਂ ਹੈਗਾ ਜੀ ਪਰ ਜਿਹੜੀ ਰਿਕਾਰਡਿੰਗ ਹੋਣੀ ਆ ਸਮੇਤ ਆਡੀਓ ਤੇ ਵੀਡੀਓ ਉਹ ਇੱਕੋ ਹੀ ਟਾਈਮ ਤੋਂ ਜਿਵੇਂ ਹੁਣ ਅਸੀਂ ਗੱਲ ਕਰਦੇ ਆ ਜੀ ਇੱਥੇ ਅਸੀਂ ਜਿੰਦੇ ਬੈਠੇ ਹੋਣ ਸਾਡਾ ਵੀਡੀਓ ਵੀ ਬ ਤੇ ਸਾਡਾ ਆਡੀਓ ਵੀ ਇੱਥੇ ਰਿਕਾਰਡ ਹੋਵੇ ਇਸੇ ਤਰ੍ਹਾਂ ਜੀ ਹੂੰ ਉਹਦਾ ਰਿਜ਼ਲਟ ਤਾਂ ਝਟਪਟ ਆ ਜਾਂਦਾ ਸੀ ਜੇ ਤੁ ਦੂਦਰਸ਼ਨ ਤੇ ਲੱਗੇ ਕਿੰਨਾ ਕਿੰਨਾ ਗਰ ਰਿਸਪੌਂਸ ਮਿਲ ਜਾਂਦਾ ਸੀ ਦੂਰਦਰਸ਼ਨ ਤੇ ਭਾਜੀ ਜੇ ਤੁਹਾਡਾ ਲੋਕਾਂ ਨੂੰ ਗੀਤ ਪਾ ਗਿਆ ਹੂੰ ਔਰ ਤੁਸੀਂ ਸਮਝ ਲੋ ਰਾਤੋ ਰਾਸ ਤਾਰਾਂ ਜੀ ਤੇ ਚੱਜ ਗਿਆ ਲੋਕਾਂ ਨੂੰ ਗੀਤ ਦੂਰਦਰਸ਼ਨ ਤੇ ਇੱਕੋ ਹੀ ਗੀਤ ਸਰਬ ਦੀ ਟੀਮਾਂ ਨੂੰ ਕਿਹੜਾ ਗੀਤ ਸੀ ਜਿਹੜਾ ਪੱਕੇ ਪੈਰੀਂ ਕਰ ਗਿਆ ਜੀ ਪਹਿਲਾ ਹੀ ਹੋਵੇ ਜਿਹੜਾ ਕੋਈ ਔਰ ਸਭ ਤੋਂ ਵੱਡਾ ਗੀਤ ਤਾਂ ਮੇਰੇ ਪਹਿਲਿਆਂ ਗੀਤਾਂ ਦੇ ਵਿੱਚੋਂ ਮੈਂ ਕਹਿ ਸਕਦਾ ਜੀ ਪੂਰੀ ਐਲਬਮ ਮੇਲਾ ਵਿਖਦੀ ਏ ਮਟਿਆਰੇ ਮੇਲਾ ਤੈਨੂੰ ਦੇਖਦਾ ਮੇਲਾ ਤੈਨੂੰ ਵੇਖਦਾ ਰੰਗਲਾ ਪੰਜਾਬ ਔਰ ਖੱਟਾ ਡੋਰੀਆ ਜਿਹੜਾ ਮੇਰਾ ਦੂਸਰੀ ਐਲਬਮ ਦਾ ਟਾਈਟਲ ਗੀਤ ਹੈਗਾ ਜੀ ਉਹ ਵੀ ਜਾ ਕੇ ਜਦੋਂ ਮੈਂ ਦੂਰਦਰਸ਼ਨ ਤੇ ਚਲਾਇਆ ਤੇ ਉਹਦੇ ਨਾਲ ਮੇਰੀ ਜਿਹੜੇ ਸ਼ਕੀਨ ਬੰਦੇ ਆ ਪਿਆਰ ਕਰਦੇ ਆ ਮਤਲਬ ਉਹਦੇ ਨਾਲ ਇੱਕ ਐਂਟਰੀ ਜੇ ਕਹੀਏ ਇੱਕ ਉਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਸੀ ਕੋਈ ਬੰਦਾ ਕੈਨੇਡਾ ਤੋਂ ਆਇਆ ਸਿੰਗਰ ਕੋਈ ਏਦਾਂ ਯਾਰ ਉਹਦੇ ਗਾਣਾ ਚੰਗਾ ਆ ਖੱਟਾ ਡੋਰੀਆ ਪਰ ਉਹ ਜੇ ਪੱਕੀ ਬਹੁਤ ਵੱਡੀ ਹਿੱਟ ਐਲਬਮ ਹੋਈ ਆ ਉਹ ਜਾ ਕੇ ਫਿਰ ਤੀਜੇ ਵਾਲੀ ਮੇਲਾ ਵੇਖਦੀ ਮਤਲਬ ਜਿਮਨ ਸਾਹਿਬ ਇਹ ਦੱਸਿਓ ਬਹੁਤ ਸਾਰੇ ਲੋਕ ਨੇ ਪੰਜਾਬ ਦੇ ਮੇਲੇਆਂ ਚੋਂ ਕਲਾਕਾਰ ਬਣੇ ਆ ਪ੍ਰੋਫੈਸਰ ਮੋਹਨ ਸਿੰਘ ਮੇਲਾ ਬਹੁਤ ਸਿਖਰਾਂ ਤੇ ਹੁੰਦਾ ਸੀ ਆ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੇ ਵਿੱਚ ਤੁਹਾਨੂੰ ਸਟ੍ਰਗਲਰ ਦੇ ਤੌਰ ਤੇ ਗਾਉਣ ਦਾ ਮੌਕਾ ਵੀ ਮਿਲਿਆ ਜਦੋਂ ਸਟਾਰ ਸੀ ਉਦੋਂ ਵੀ ਗਾਉਣ ਦਾ ਮੌਕਾ ਮਿਲਿਆ ਮੈਨੂੰ ਇਹ ਦੱਸੋ ਕਿ ਉੱਥੇ ਦੀ ਕੋਈ ਐਸੀ ਯਾਦ ਹੈ ਗਏ ਤੁਸੀਂ ਹੋਮੋ ਕੋ ਪਰਫਾਰਮੈਂਸ ਦੇਣੀ ਹੈ ਤੇ ਬਾਅਦ ਦੇ ਵਿੱਚ ਪ੍ਰੋਗਰਾਮਾਂ ਦੀ ਝੜੀ ਲੱਗ ਗਈ ਹੋਵੇ ਕੋਈ ਇਸ ਤਰ੍ਹਾਂ ਕਦੇ ਹੋਇਆ ਕੁਝ ਮੇਰੀ ਪੁੱਤ ਮੈਂ ਨਾ ਜੀ ਮੇਰੀ ਸੰਗੀਤ ਕੈਰੀਅਰ ਦੇ ਵਿੱਚ ਮੈਂ ਬਹੁਤ ਵਾਰੀ ਗੱਲ ਕਰਦਾ ਹੁੰਦਾ ਹਾਂ ਕਿ ਅਵਲੀਆਂ ਚੀਜ਼ਾਂ ਹੋਈਆਂ ਜੀ ਜਿਵੇਂ ਮੈਂ ਜਿਵੇਂ ਸਿੰਗਰ ਬਣਨਾ ਸੋਚਿਆ ਨਹੀਂ ਜੀ ਮੈਂ ਤੇ ਸਪੋਰਟਸ ਲਵਰ ਬੰਦਾ ਖੇਡਣ ਕਬੱਡੀ ਤੇ ਹਾਕੀ ਖੇਡਣ ਵਾਲਾ ਬੰਦਾ ਪ੍ਰੋਫੈਸ਼ਨਲੀ ਖੇਡਿਆ ਮੈਂ ਸਕੂਲ ਤੇ ਕਪਤਾਨੀ ਕੀਤੀ ਆ ਪਿੰਡ ਦੀ ਟੀਮ ਵੱਲੋਂ ਚੰਗੇ ਲੈਵਲ ਤੇ ਕਬੱਡੀ ਖੇਡਿਆ ਔਰ ਮੈਂ ਹਾਕੀ ਖੇਡਣ ਖਾਲਸਾ ਕਾਲਜ ਗਿਆ ਅੱਛਾ ਜੀ ਉੱਥੇ ਮੈਂ ਹਾਂਜੀ ਉਮਰ ਦਾ ਹਲਕਾ ਸੀ ਮੈਟਕ ਥੋੜੇ ਜਿਹਾ 15 ਸਾਲ ਦੀ ਉਮਰ ਚ ਕਰ ਗਿਆ ਔਰ ਉੱਥੇ ਪ੍ਰਗਟ ਬਾਜੀ ਉਹਨਾਂ ਦੀ ਉਦੋਂ ਬੈਚ ਹੁੰਦਾ ਸੀ ਅੱਛਾ ਜੀ ਤੇ ਉੱਥੇ ਮੇਰਾ ਮੈਂ ਸਿਲੈਕਟ ਨਹੀਂ ਹੋਇਆ ਜੀ ਹਾਕੀ ਦੇ ਵਿੱਚ ਦਿਲ ਟੁੱਟਿਆ ਦੂਜੀ ਵਾਰੀ ਮੈਨੂੰ ਫੇਰ ਪੰਪ ਅਪ ਕੀਤਾ ਮੇਰੇ ਮਿੱਤਰਾਂ ਨੇ ਕਹਿੰਦੇ ਯਾਰ ਤੂੰ ਤਿੱਖਾ ਖੇਡਦਾ ਦੁਬਾਰਾ ਟ੍ਰਾਇਲ ਦੇ ਮੈਂ ਦੁਬਾਰਾ ਵੀ ਟ੍ਰਾਇਲਾਂ ਦੇ ਵਿੱਚ ਸਿਲੈਕਟ ਨਹੀਂ ਹੋਇਆ ਅੱਛਾ ਜੀ ਮੈਂ ਕਬੱਡੀ ਵੱਲ ਫੋਕਸ ਕਰ ਦਿੱਤਾ ਅੱਛਾ ਜੀ ਪਿੰਡ ਦੀ ਟੀਮ 'ਚ ਔਰ ਅੱਛੇ ਟਾਈਮ ਲਾਇਬਲ ਤੇ ਖੇਡਣ ਲੱਗ ਪਏ ਔਰ ਖੇਡਦਾ ਖੇਡਦਾ ਮੇਰਾ ਜੋਇੰਟ ਗੋਡਾ ਨਿਕਲ ਗਿਆ ਜੀ ਤਾਂ ਕਬੱਡੀ ਖੇਡਦੇ ਆ ਚਲੋ ਮੈਂ ਪੰਜ-ਛੇ ਮਹੀਨੇ 'ਚ ਫਿੱਟ ਕਰ ਲਿਆ ਮੈਂ ਥੋੜੇ ਜੇ ਮੈਚ ਦੁਬਾਰਾ ਲਾਇਏ 6 ਮਹੀਨੇ ਸਾਲ ਉਹ ਦੌਰਫੇ ਪ੍ਰੋਬਲਮ ਆ ਗਈ ਜੀ। ਅੱਛਾ ਜੀ। ਔਰ ਲੱਗਣ ਲੱਗ ਪਿਆ ਵੀ ਮੇਰੇ ਤੋਂ ਖੇਡਿਆ ਨਹੀਂ ਜਾਣਾ ਤੇ ਨਿਰਾਸ਼ਾ ਬੜੀ ਹੋਣ ਲੱਗ ਪਈ ਕਿਉਂਕਿ ਮੈਂ ਕਬੱਡੀ ਨੂੰ ਤੌਕੀ ਨੂੰ ਪਿਆਰ ਬਹੁਤ ਕਰਦਾ ਸੀ। ਔਰ ਭੰਗੜਾ ਟਰਾਇਲ ਦੇ ਬਿਠਾ ਮਿੱਤਰਾਂ ਦੇ ਨਾਲ ਮਿੱਤਰਾਂ ਨੂੰ ਮੇਰੇ ਨੂੰ ਸ਼ੌਂਕ ਵੀ ਭੰਗੜਾ ਟਰਾਇਲ ਦੇਣੇ ਆ ਭੰਗੜਾ ਦੇ ਟਰਾਇਲਸ। ਖਾਲਸਾ ਕਾਲ ਦਾ ਮਸ਼ਹੂਰ ਵੀ ਬੜਾ ਸੀ। ਜੀ ਉਹ ਮੇਰੀ ਕੋਈ ਸ਼ੌਂਕ ਨਹੀਂ ਸੀ। ਮਤਲਬ ਉਹ ਰੱਬ ਦੀ ਕਿਰਪਾ ਉਹ ਮਿੱਤਰਾਂ ਦੇ ਨਾਲ ਗਿਆ ਤੇ ਜਦੋਂ ਮੈਂ ਮੋਢੇ ਬਾਹਰ ਹਲਾਈ ਪਹਿਲੀ ਵਾਰੀ ਜ਼ਿੰਦਗੀ ਦੀ ਭਗੜਾ ਤੁਹਾਡੇ ਅੰਦਰ ਸੀ ਜੀ ਉਹ ਮੈਨੂੰ ਨਹੀਂ ਸੀ ਪਤਾ ਜੀ ਉਹ ਜੋ ਟ੍ਰਾਇਲ ਦੇ ਵਿੱਚ ਮੈਂ ਮੋਢੇ-ਮੋਢੇ ਮਾਰੇ ਤੇ ਉਹ ਬਾਹਰੋਂ ਤਾੜੀਆਂ ਮਾਰਨ ਲੱਗ ਪਏ ਮੇਰੇ ਸੀਨੀਅਰ ਮੁੰਡੇ ਜੀ ਭਾਜੀ ਇੰਦਰਜੀਤ ਸਿੰਘ ਸਾਡੇ ਕੋਚ ਸਾਹਿਬ ਉਹ ਮੈਨੂੰ ਕਹਿੰਦੇ ਇੱਧਰ ਆ ਮੈਂ ਕਿਹਾ ਵੀ ਕੋਈ ਗਲਤੀ ਹੋ ਗਈ ਹੋਣੀ ਮੈਂ ਕਿਹਾ ਹਾਂਜੀ ਸਰ ਕਹਿੰਦੇ ਕਿੱਥੋਂ ਸਿੱਖ ਕੇ ਆਇਆ ਅੱਛਾ ਮੈਂ ਕਿਹਾ ਭਾਜੀ ਮੈਂ ਸਿੱਖ ਕੇ ਆਇਆ ਮੈਂ ਤਾਂ ਖੇਡਣ ਵਾਲਾ ਬੰਦਾ ਜੀ ਮਤਲਬ ਮੇਨਾਂ ਉਹ ਵੱਲੀਆਂ ਚੀਜ਼ਾਂ ਹੋਈਆਂ ਜੀ ਜੇ ਪੰਗੜਾ ਫਿਰ ਸਰਵਜੀ ਚੀਮਾ ਦੇ ਨਾਲ ਜੁੜ ਗਿਆ ਦੇਖ ਲਓ ਹਾਂਜੀ ਫਿਰ ਪੰਗੜਾ ਜਦੋਂ ਸ਼ੁਰੂ ਹੋ ਗਿਆ ਤੇ ਰਾਤ ਦਿਨ ਫਿਰ ਪੰਗੜੇ ਨਾਲ ਜਦ ਕਹੋ ਇਸ਼ਕ ਹੋ ਜਾਂਦਾ ਕਿਸੇ ਚੀਜ਼ ਦੇ ਨਾਲ ਜੀ ਮਾਲਕ ਨੇ ਬੜੀ ਉਸ ਟਾਈਮ ਤੇ ਵੀ ਬਹੁਤ ਕਿਰਪਾ ਕੀਤੀ ਜੀ ਤੇ ਬਸ ਇਸੇ ਤਰ੍ਹਾਂ ਹੀ ਤੁਸੀਂ ਜਿਹੜੀ ਮੈਨਾਂ ਗੱਲ ਕੀਤੀ ਸੀਗੀ ਤੁਹਾਡਾ ਸਵਾਲ ਪ੍ਰੋਫੈਸਰ ਮੋਹਨ ਸਿੰਘ ਹਾਂਜੀ ਤੁਸੀਂ ਇਹ ਦੇਖੋ ਅਵੱਲੀ ਚੀਜ਼ ਮੈਂ ਵਿੱਚ ਐਡ ਕਰ ਦਿੱਤੀ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਮੈਂ 93 ਦੇ ਵਜੋਂ ਅਸੀਂ ਐਲਬਮ ਕੀਤੀ ਹੈ ਜੀ ਇੰਡੀਆ ਜਾ ਕੇ ਅਵਿੰਦਰ ਵਚਨ ਜੀ ਦੇ ਨਾਲ ਤੇ ਉਦੋਂ ਅਸੀਂ ਆਪਣਾ ਜਗਾਰ ਵੀ ਪ੍ਰੈਕ ਦੇ ਡੈਡੀ ਜੀ ਨਾਲ ਹਾਂਜੀ 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 ਤੇ ਅਸੀਂ ਜਗਾਦ ਲੜਾਇਆ ਵੀ ਪ੍ਰੋਫੈਸਰ ਮਹੂਨ ਸਿੰਘ ਮੇਲੇ ਤੇ ਗਾਜਈਏ ਅੱਛਾ ਜੀ ਕੋਈ ਕਾਲਜ ਤੋਂ ਅਸੀਂ ਜਾਣਦੇ ਸੀ ਸਾਨੂੰ 89 88 89 ਦੇ ਵਿੱਚ ਭੰਗੜਾ ਪਰਫੋਰਮੈਂਸ ਅਸੀਂ ਦਿੱਤੀਆਂ ਅੱਛਾ ਜੀ ਸਾਨੂੰ ਉਦੋਂ ਦਾ ਪਤਾ ਸੀ ਮੈਨੂੰ ਵੀ ਉਹਦੀ ਹیثیت ਕੀ ਆ ਮੇਲੇ ਦੀ ਜਿੱਥੇ ਸਮਾ ਮਿਲ ਜੇ ਗੱਲ ਬਣ ਜੇ ਹਾਂਜੀ ਗੱਲ ਬਣ ਜਾਣੀ ਵੀ ਹਾਜ਼ਰੀ ਲਾਜੀਏ ਸਿੱਕੇ ਨਵੇਂ ਬਲੂਰ ਹਲੇ ਇਹਨਾਂ ਪਤਾ ਨਹੀਂ ਸੀ ਮਾਰਕੀਟ ਦਾ ਉਹ ਸਾਨੂੰ ਜੀ ਨਹੀਂ ਉਹ ਜਸੂਵਾਲ ਸਾਹਿਬ ਨੇ ਮੌਕਾ ਨਹੀਂ ਮਿਲਿਆ ਕਹਿੰਦੇ ਨਹੀਂ ਟਾਈਮ ਹੈ ਨਹੀਂ ਅੱਛਾ ਜੀ 94 ਦੇ ਵਿੱਚ ਮੈਂ ਸਪੈਸ਼ਲ ਤੋਂ ਟਿਕਟ ਲਾ ਕੇ ਮੈਂ ਗਿਆ ਜੀ ਉਦੋਂ ਐਲਬਮ ਆ ਚੁੱਕੀ ਸੀ ਜੀ ਕੋਈ ਉਦੋਂ ਪਹਿਲੀ ਆ ਗਈ ਸੀ ਜੀ ਪੰਜਾਬੀ ਪ੍ਰਤੀਕ 93 ਦੇ ਐਂਡ ਤੇ ਤੇ 94 ਦੀ ਖੱਟਾ ਡੋਰੀਆ ਕਰਨ ਗਏ ਹੂੰ ਰਿਕਾਰਡ ਤੇ ਨਾਲ ਫਿਰ ਮੇਲੇ ਦੀ ਵੀ ਤਿਆਰੀ ਕੀਤੀ ਔਰ ਉਦੋਂ ਫੇਰ ਟਾਈਮ ਨਹੀਂ ਮਿਲਿਆ ਜੀ 94 ਵਿੱਚ ਵੀ ਨਹੀਂ ਮਿਲਿਆ ਨਹੀਂ ਮਿਲਿਆ ਕਹਿੰਦੇ ਵੀ ਨਹੀਂ ਹੈ ਨਹੀਂ ਬਟਾ ਔਰ ਟਾਈਮ ਮਿਲਦਾ ਬੜਾ ਸਿੰਗਰ ਬੜੇ ਆ ਜੀ ਕੋਈ ਫਰਮਾਇਸ਼ ਨਹੀਂ ਲਾਈ ਫਰਮਾਇਸ਼ ਲਾਈ ਜੀ ਪਰ ਫਰਮਾਇਸ਼ ਲਾਉਣ ਦੇ باوجود ਵੀ ਨਹੀਂ ਬਣੀ ਗੱਲ ਔਰ ਉਸ ਤੋਂ ਬਾਅਦ ਜਦੋਂ 95 ਦੇ ਵਿੱਚ ਫੇਰ ਅਸੀਂ ਦੁਬਾਰਾ ਗਏ ਆ ਜੀ ਮੇਲਾ ਵਿਖਤੀ ਮਟਿਆਰੇ ਫੇਰ ਰਿਕਾਰਡ ਕਰਨ ਹੂੰ ਵੀ ਹਲੇ ਦੋ ਟੇਪਾਂ ਰਾਹੀਂ ਗੱਲ ਨਹੀਂ ਬਣੀ ਹੁਣ ਤੀਜੀ ਕਰੀਏ ਹੂੰ ਉਹ ਤੀਜੀ ਕਰਨ ਗਏ ਤਾਂ ਫਿਰ ਅਸੀਂ ਇਥੇ ਮਨਿੰਦਰ ਗਿੱਲ ਭਾਜੀ ਨਾਲ ਸੰਪਰਕ ਹੋਇਆ ਅੱਛਾ ਇਹਨਾਂ ਦੀ ਜੜ ਮਜਬੂਤ ਸੀ ਇਸ ਲਾਈਨ ਦੇ ਵਿੱਚ ਇਹਨਾਂ ਨੇ ਜਸਵਾਲ ਸਾਹਿਬ ਨੂੰ ਕਿਹਾ ਵੀ ਯਾਰ ਮੁੰਡਾ ਸਾਡੇ ਨਾਲ ਜੁੜਿਆ ਹੋਇਆ ਉਹਨੂੰ ਸੁਣੋ ਸਹੀ ਮੁੰਡਾ ਪਰਫਾਰਮਰ ਆ ਟਾਈਮ ਦਿਓ ਜੀ ਉਹ ਜਸਵਾਲ ਸਾਹਿਬ ਸਾਨੂੰ ਕਹਿੰਦੇ ਵੀ ਆਜੋ ਅੱਛਾ ਟਾਈਮ ਮਿਲ ਗਿਆ ਦਿਹਾੜੀ ਪਹਿਲਾਂ ਆ ਜਿਓ ਸਾਨੂੰ ਸੁਣਨਾ ਪਹਿਲਾਂ ਸੀ ਅੱਛਾ ਪਹਿਲਾਂ ਟ੍ਰਾਇਲ ਇੱਥੇ ਵੀ ਟ੍ਰਾਇਲ ਦੇਣਾ ਹਾਂਜੀ 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 ਤੇ ਹਰਵਿੰਦਰ ਰਿਆੜ ਮੈਂ ਤੇ ਮੇਰਾ ਬ੍ਰਦਰ ਤੇ ਸਾਡਾ ਮਿੱਤਰ ਗੁਰਨਾਮ ਸਿੱਧੂ ਅਸੀਂ ਤਿੰਨੇ ਜਣੇ ਗਏ ਤੇ ਸਾਨੂੰ ਨੀ ਰਾਤ ਨੂੰ ਸੁਣਿਆ ਕਹਿੰਦੇ ਵੀ ਗਾਣੇ ਤੇਰੇ ਤੇ ਤਿੰਨ ਗਾਣੇ ਮੇਰੇ ਕੋਲ ਤੋਂ ਜ਼ਿਆਦਾ ਹੁੰਦੇ ਸੀ ਮੇਰੇ ਵਾਲਾ ਉੱਚੀ ਲੱਗਦੀ ਪੰਜਾਬੀਆਂ ਦੀ ਸ਼ਾਨ ਮਿੱਤਰੋ ਖੱਟਾ ਡੋਰੀਆ ਤੇ ਦੇਵੀਪਾ ਦਾ ਗੀਤ ਸੀ ਇੱਕ ਨੱਚ ਛੱਡੀ ਕਿਤੇ ਗਾ ਛੱਡੀ ਕਦੇ ਆਉਂਦੇ ਜਾਂਦੇ ਨਜ਼ਰਾਂ ਮਿਲਾ ਛੱਡੀ ਉਹ ਤਿੰਨ ਗਾਣੇ ਮੈਂ ਨਿਕਲ-ਨਿਕ ਕੇ ਕਰਕੇ ਸੁਣਾਇਆ ਤਾਂ ਜਸਵੰਤ ਸਾਹਿਬ ਕਹਿੰਦੇ ਵੀ ਮਿੰਟ ਤੇਰੇ ਕੋਲ 12 ਮਿਲਣੇ ਆ 10 ਸਿਗੇ ਚੱਲ ਤੈਨੂੰ 2 ਮਿੰਟ ਦੇਣੇ ਤੂੰ ਬਾਹਰੋਂ ਆਇਆ 12 ਮਿੰਟ ਚ ਆਵੇਂ ਤੂੰ ਇੱਕ ਭਾਵੇਂ ਇੱਕ ਗੀਤ ਗਾ ਲੈ ਤੇ ਚਾਹੇ ਪੰਜ ਇਕੱਠੇ ਕਰ ਲੈ ਤੇਰੀ ਮਿੰਟ 12 ਹੀ ਨੇ ਅਸੀਂ ਤੈਨੂੰ 13ਵਾਂ ਮਿੰਟ ਨਹੀਂ ਦੇਣਾ ਮੈਂ ਕਹਾਂ ਜੀ ਬਹੁਤ ਧੰਨਵਾਦ ਮ ਔਰ ਪਾਜੀ ਮੈਂ ਉਹ ਤਿੰਨੇ ਗਾਣੇ ਛੋਟੇ ਕਰਕੇ ਗਾਏ ਜਾ ਕੇ ਬੈਂਡ ਦੀ ਸੈਟਿੰਗ ਕਰਕੇ ਰੈਹਸਲਬਗਲਾ ਕਰ ਲਈ ਔਰ ਜਦੋਂ ਅਸੀਂ ਪਰਫਾਰਮ ਕੀਤਾ ਬਨੀਵਾਲ ਸਾਹਿਬ ਮੈਂ ਕੋਈ ਮੇਰਾ ਮਾਲਕ ਜਾਣਦਾ ਮੈਂ ਸਫਤ ਨਹੀਂ ਕਰਦਾ ਉਸ ਬਾਬੇ ਦੀ ਕਿਰਪਾ ਕੋਈ ਅਵਲੀਆਂ ਚੀਜ਼ਾਂ ਹੋਈਆਂ ਜੀ ਉਹ ਮੈਂ ਜਦੋਂ ਅਸੀਂ ਪਰਫਾਰਮ ਕਰਕੇ ਸਟੇਜ ਦੀ ਬੈਕ ਤੇ ਉਤਰੇ ਹਾਂ ਹਮ ਹਮ ਤੇ ਲੋਕਾਂ ਦਾ ਕਾਫੀ ਹਜੂਮ ਸਾਡੇ ਮਗਰ ਇਕੱਠਾ ਹੋ ਗਿਆ ਅਸੀਂ ਮੈਂ ਵੀ ਥੋੜਾ ਸੰਗਾ ਸ਼ਰਮ ਪਤਾ ਹੀ ਨਹੀਂ ਸੀ ਵੀ ਕੀ ਲੋਕਾਂ ਨੂੰ ਪ੍ਰੋਫੈਸ਼ਨਲ ਕਲਾਕਾਰ ਤਾਂ ਹੈ ਨਹੀਂ ਸੀ ਉਹਦਾ ਜਵਾਬ ਕੀ ਦੇਣਾ ਕਰਨਾ ਕੀ ਹੈ ਜੇ ਅਸੀਂ ਆਪਣੇ ਮਰੂਤੀ ਕਾਰ ਚ ਵੜਨ ਨੂੰ ਫਿਰਿਏ ਤੇ ਜਦ ਤੱਕ ਆਵਾਜ਼ ਆਈ ਆਟੋਗ੍ਰਾਫ ਆਟੋਗ੍ਰਾਫ ਕਰਦੇ ਮੈਂ ਦੋ ਚਾਰ ਕੇ ਇਦਾਂ ਲਿਖੇ ਉਹ ਵੀ ਨਹੀਂ ਸੀ ਪਤਾ ਵੀ ਸਾਰਜੀਤ ਪੂਰਾ ਲਿਖਣਾ ਕੀ ਕਰਨਾ ਜੀ ਉਹ ਸਾਰਜੀ ਲਿਖਦੇ ਲੋਕ ਉਹਦੇ ਅਸੀਂ ਗੱਡੀਆਂ ਨੂੰ ਵੜਦੇ ਤਾਂ ਆਵਾਜ਼ ਆਈ ਕਹਿੰਦੇ ਜ 17 ਅਕਤੂਬਰ ਖਾਲੀ ਹੈ ਅੱਛਾ ਬੁਕਿੰਗ ਮੈਂ ਲੀ ਸ਼ੁਰੂ ਹੋ ਗਈ ਹਾਂਜੀ ਡੇਟ ਖਾਲੀ ਹੈ ਅਸੀਂ ਅਸੀਂ ਤਿੰਨਾਂ ਜਾਣਿਆ ਨੇ ਉਹ ਚੀਜ਼ ਅਗਨੋਰ ਕੀਤੀ ਸੀ ਜੀ ਕਰਕੇ ਸਾਡੀਆਂ ਤਾਂ ਸਾਰੀਆਂ ਖਾਲੀ ਸੀ ਬੁੱਕ ਆਈ ਕੋਈ ਨਹੀਂ ਸੀ ਹਾਂਜੀ ਉਹ ਸਾਨੂੰ ਇਹ ਨਹੀਂ ਸੀ ਪਤਾ ਵੀ ਬੁੱਕ ਕਰਨੀ ਵੀ ਕਿਵੇਂ ਆ ਕੀ ਚੱਕਰ ਆ ਸੀ ਬੜਨ ਦੀ ਕਾਰਜ ਕੋਸ਼ਿਸ਼ ਕਰੀਆ ਤਾਂ ਜਦ ਤੱਕ ਇੱਕ ਹੋਰ ਆਵਾਜ਼ ਆ ਗਈ ਜੀ 23 23 ਕਿਦਾਂ ਜੀ ਖਾਲੀ ਹੈ ਮਤਲਬ ਮੈਂ ਫੇਰ ਉਹ ਲਿਆ ਜਾ ਵਿੱਚ ਬੰਦਿਆਂ ਦੇ ਤਾਂ ਫੇਰ ਮੇਰਾ ਵੱਡਾ ਬ੍ਰਦਰ ਤੇ ਗੁਰਨਾਮ ਤਿੰਨੇ ਹੀ ਸੀ ਤੁਸੀਂ ਤਿੰਨੇ ਜਾਣੇ ਤੇ ਉਹ ਗੱਡੀ ਚੋਂ ਪੇਪਰ ਪੈਨ ਲੈ ਕੇ ਆਏ ਤੇ ਉਹ ਆਕੇ ਕਹਿੰਦੇ ਹਾਂਜੀ 17 ਵੀ ਖਾਲੀ ਹੈ ਵੀਰ 23 ਵੀ ਖਾਲੀ ਹੈ ਨਾਲ ਹੀ ਤੀਜੀ ਆਵਾਜ਼ ਆ ਗਈ ਵਿੱਚੋਂ ਵੀ ਕਿੰਨੇ ਪੈਸੇ ਅੱਛਾ ਹੁਣ ਫੇਰ ਪੰਗਾ ਪੈ ਗਿਆ ਕਿੰਨੇ ਦਸੀਏ ਹਾਂਜੀ ਉਹ ਕੁਝ ਨਹੀਂ ਪਤਾ ਕਿੰਨਾ ਖਰਚਾ ਉਹ ਜੋ ਬ੍ਰਦਰ ਦੇ ਦਿਮਾਗ ਚ ਆਇਆ ਕਹਿੰਦਾ ਜੀ 5000 ਰੁਪਏ ਅੱਛਾ ਉਹ ਕਹਿੰਦੇ ਨਹੀਂ ਯਾਰ ਤਿੰਨ ਦੇਣਾ ਸਾਡੇ ਉਹ ਸਾਢੇ 3000 ਰੁਪਏ ਦੇ ਵਿੱਚ ਵੈਨੀਪਾਲ ਭਾਜੀ ਜਿਹੜੀ ਪਹਿਲਾ ਪ੍ਰੋਗਰਾਮ ਨਹੀਂ ਜੀ ਨਹੀਂ ਹਾਂ 11 ਫੰਕਸ਼ਨ ਉੱਥੇ ਹੀ ਹਾਂਜੀ ਬੈਕਸਟੇਜ ਤੇ ਅਸੀਂ ਇਹ ਮੈਂ ਕੋਈ ਸਿਫਤ ਨਹੀਂ ਕਰ ਰਿਹਾ ਭਾਜੀ ਇਹ ਮੈਂ ਜਿਹੜੀਆਂ ਬੱਕਰੀਆਂ ਚੀਜ਼ਾਂ ਦੀ ਹੁਨਰ ਹੈ ਨਾ ਵਿਦਆਊਟ ਐਨੀ ਗਾਣਾ ਹਿੱਟ ਤੇ ਵਿਦਆਊਟ ਐਨੀ ਐਲਬਮ ਹਿੱਟ ਪਰ ਉਹਨਾਂ ਨੇ ਦੇਖ ਲਿਆ ਕਿ ਜੇ ਸੱਦਾਂਗੇ ਵਿਆਹ ਸ਼ਾਦੀ ਚ ਬੰਦਾ ਮੁੱਲ ਮੋੜ ਕੇ ਜਾਊਗਾ। ਜੀ ਜੀ ਉਹ ਕੁਝ ਲੋਕਾਂ ਨੂੰ ਕੀ ਚੰਗਿਆ ਜੀ ਕੀ ਭਾਇਆ ਉਤੋਂ ਅਸੀਂ 11 ਫੰਕਸ਼ਨ ਬੁੱਕ ਕਰਕੇ 35000 ਰੁਪਏ ਨੂੰ ਅਸੀਂ ਆਪਣੀ ਗੱਡੀ 'ਚ ਬੈਠੇ ਜਦੋਂ ਜਾ ਕੇ ਪਹਿਲਾ ਫੰਕਸ਼ਨ ਲਾਇਆ ਖਰਚਾ ਗਿਣਿਆ ਤੇ ਸਾਡਾ ਖਰਚਾ 7000 ਇੱਕ ਫੰਕਸ਼ਨ ਦਾ ਤੇ ਲਿਆ 3500 ਕਾਟੇ ਦਾ ਬਣਜ ਕਰ ਲਿਆ। ਹਾਂਜੀ ਅੱਛਾ ਮੈਨੂੰ ਇਹ ਦੱਸਿਓ ਕਈ ਵਾਰੀ ਜਦੋਂ ਐਦਾਂ ਗੱਡੀ ਰੁੜ ਪਈ ਭਾਵੇਂ ਤੁਸੀਂ ਘਾਟੇ 'ਚ ਪ੍ਰੋਗਰਾਮ ਕੀਤੇ ਭਾਵੇਂ ਮੁਨਾਫੇ 'ਚ ਹੋਏ ਨਫਾ ਨੁਕਸਾਨ ਤਾਂ ਤੁਸੀਂ ਉਸ ਵੇਲੇ ਪਤਾ ਹੀ ਨਹੀਂ ਸੀ ਨਾ ਕਿ ਖਰਚਾ ਕਿੰਨਾ ਉਨਾ ਵੇਲਿਆਂ ਦੇ ਵਿੱਚ ਪ੍ਰਚਲਿਤ ਹੁੰਦਾ ਸੀ ਜਦੋਂ ਅਸੀਂ ਵੀ ਲੁਧਿਆਣਾ ਜਾਣਾ ਵੇਖਦੇ ਹੁੰਦੇ ਸੀ ਇਹ ਕਲਾਕਾਰ ਫਲਾਣਾ ਲੋਕ ਗਾਇਕ ਧਮਕਾ ਲੋਕ ਗਾਇਕ ਬੋਰਡ ਟੰਗੇ ਹੁੰਦੇ ਸੀ ਵੱਡੀ ਵੱਡੀ ਲੁਧਿਆਣਾ ਸੀ ਜੀ ਕਿਤੇ ਦਫਤਰ ਖੋਲਿਆ ਜੀ ਫਿਰ ਹਾਂਜੀ ਅਸੀਂ ਜਦੋਂ ਫਿਰ 95 ਦੇ ਵਿੱਚ ਗਏ ਆ ਜੀ ਉਦੋਂ ਅਸੀਂ ਪਲਾਨ ਕਰਕੇ ਹੀ ਗਏ ਸੀ ਅੱਛਾ ਫਿਰ ਦੋ ਕਸਤਾ ਹੋਣ ਆ ਗਈਆਂ ਤੀਜੀ ਅਸੀਂ ਕਰਨ ਲੱਗੇ ਤਾਂ ਆਫਿਸ ਉੱਥੇ ਖੋਲ ਲੈਨੇ ਮੂੜੀ ਕੱਢਣੀ ਹੈ ਜਿਲੰਦਰ ਬੱਸ ਸਟੈਂਡ ਦੇ ਕੋਲ ਹਾਂਜੀ ਉਹ ਰਿਸਕ ਲੈ ਲਿਆ ਪਤਾ ਨਹੀਂ ਸੀ ਪਰ ਉਹਨਾਂ ਦਿਨਾਂ ਦੇ ਵਿੱਚ ਅਸੀਂ ਆਫਿਸ ਖੋਲਿਆ ਉਹਨਾਂ ਦਿਨਾਂ ਚ ਪ੍ਰੋਫੈਸਰ ਮੋਨ ਸਿੰਘ ਮੇਲੇ ਤੇ ਪਰਫਾਰਮ ਕੀਤਾ ਉਹਨਾਂ ਦਿਨਾਂ ਚ ਅਸੀਂ 2 ਹਫ਼ਤੇ ਲਈ ਗਏ ਤਾਂ 4 ਮਹੀਨੇ ਸਾਨੂੰ ਲੋਕਾਂ ਨੇ ਉੱਥੇ ਢੱਕਿਆ ਅਸੀਂ ਮਹੀਨੇ ਦੇ 28-30 ਫੰਕਸ਼ਨ ਲਗਭਗ ਰੋਜ਼ ਲਈ 4 ਮਹੀਨੇ ਅਸੀਂ ਫੰਕਸ਼ਨ ਲਾ ਕੇ ਉੱਥੋਂ ਮੁੜੇ ਜੀ ਜੀਮਾ ਸਾਹਿਬ ਕੋਈ ਇਹ ਦੱਸੋ ਆਮ ਤੌਰ ਤੇ ਹੁਣ ਦੇਖਦੇ ਆ ਕਿਸੇ ਕਲਾਕਾਰ ਨੂੰ ਪੁੱਛੀਏ ਜਿਹੜਾ ਸੁਪਰ ਹਿੱਟ ਵੀ ਨੇ ਵੀ ਵੀਰੇ ਕਿੰਨੇ ਕ ਪ੍ਰੋਗਰਾਮ ਲੱਗ ਜਾਂਦੇ ਨੇ ਕਿਉਂਕਿ 30 ਮੈਂ ਕਹਿੰਦਾ ਮਹੀਨੇ ਦੇ ਨਹੀਂ ਨਹੀਂ ਸਾਲ ਦੇ ਕਿਸੇ ਕੋਲ ਸਾਲ ਦੇ 50 ਕਿਸੇ ਕੋਲ 30 ਕਿਸੇ ਕੋਲ 10 ਕਿਸੇ ਕੋਲ 5 ਕਲਾਕਾਰਾਂ ਕੋਲ ਪ੍ਰੋਗਰਾਮ ਬਹੁਤ ਘਟੇ ਜਦੋਂ ਕੰਮ ਫੁੱਲ ਪੀਕ ਤੇ ਸੀ ਤਕਨੀਕ ਪ੍ਰੋਗਰਾਮ ਲੱਗ ਜਾਂਦੀ ਸੀ ਭਾਜੀ ਮੈਂ ਦੇਖੋ ਜਿੰਨਾ ਸਾਡਾ ਭਾਜੀ ਉਦੋਂ ਅਸੀਂ ਆਫਿਸ ਜਾਣ ਦਾ ਮੌਕਾ ਨਹੀਂ ਸੀ ਲੱਗਦਾ ਹੂੰ ਹੂੰ ਤੇ ਜਦੋਂ ਬਿਲਕੁਲ ਬਾਬੇ ਦੀ ਕਿਰਪਾ ਸੀਗੀ ਜੀ 12 14 ਸਾਲ ਨਾ ਹੂੰ ਹੂੰ ਤਾਂ ਮੈਂ ਇੱਕ ਵਾਰੀ ਮੁੰਡਿਆਂ ਨੂੰ ਕਿਹਾ ਮੈਂ ਕਿਹਾ ਯਾਰ ਨੋਟ ਤੇ ਕਰੋ ਕਹਿੰਦੇ ਭਾਜੀ ਰਿੰਗ ਨਹੀਂ ਆਫ ਹੁੰਦੀ ਆਫਿਸ ਵਾਲੀ ਸਾਰਾ ਧੰਨਵਾਦ ਲੈ ਲਾਈਨ ਫੋਨ ਦੀ ਵੀ ਅਸੀਂ ਫੋਨਾਂ ਤੇ ਰਹਿੰਦੇ ਉਹ ਲੈਂਡ ਲਾਈਨ ਹੀ ਸੀ ਉਦੋਂ ਹਾਂਜੀ ਮੈਂ ਕਿਹਾ ਯਾਰ ਐਵਰੇਜ ਤੇ ਕੱਢੋ ਆਪਾਂ ਐਵਰੇਜ ਕੀ ਸੀ ਇਹਦੇ ਤੇ ਗੱਲਬਾਤ ਕਰਾਂਗੇ ਦੋਸਤੋ ਕਿਤੇ ਇੱਧਰ ਉਧਰ ਨਾ ਜਾਇਓ ਆ ਜਿਹੜੀ ਗੱਲ ਹੁਣ ਚੀਮਾ ਸਾਹਿਬ ਨੇ ਦੱਸਨੀਆ ਹੋ ਸਕਦਾ ਤੁਹਾਡੇ ਵਾਸਤੇ ਬਹੁਤ ਹੈਰਾਨੀਜਨਕ ਅੰਕੜਾ ਹੋਵੇ ਕਿ ਇੱਕ ਗਾਇਕ ਕਲਾਕਾਰ ਸਰਬਜੀਤ ਚੀਮਾ ਉਹਦੇ ਦਫ਼ਤਰ ਦੀ ਰਿੰਗ ਕਿੰਨੇ ਘੰਟੇ ਵੱਜਦੀ ਅਤੇ ਇਹਦੇ ਨਾਲ ਨਾਲ ਕਿੰਨੇ ਇੱਕ ਪ੍ਰੋਗਰਾਮ ਉਹਨਾਂ ਕੋਲ ਆਉਂਦੇ ਕਿੰਨੇ ਉਹ ਦਿਹਾੜੀ ਦੇ ਕਰ ਲੈਂਦੇ ਕਿੰਨਿਆਂ ਨੂੰ ਜਵਾਬ ਦੇਣਾ ਪੈਂਦਾ ਵਾਪਸ ਆਇਆ ਬ੍ਰੇਕ ਤੋਂ ਬਾਅਦ ਦੋਸਤੋ ਇੱਕ ਵਾਰੀ ਸਵਾਗਤ ਹੈ ਤੇ ਸਰਬਜੀ ਚੀਮਾ ਜੀ ਸਾਡੇ ਮਹਿਮਾਨ ਹੈ ਚੀਮਾ ਸਭ ਤੁਸੀਂ ਦੱਸ ਰਹੇ ਸੀ ਕਿ ਜਦੋਂ ਤੁਸੀਂ ਮੁੰਡਿਆਂ ਨੂੰ ਦਫ਼ਤਰ ਵਿੱਚ ਕੰਮ ਕਰਨ ਵਾਲੇ ਨੂੰ ਪੁੱਛਿਆ ਕੀ ਕਹੇ ਜੀ ਉਹਨੇ ਐ ਪਾਜੀ ਉਹਨਾਂ ਨੇ ਜਿਹੜੇ ਐਵਰੇਜ ਕੱਢੀ ਦਿਹਾੜੀ ਦੀ ਜੀ 200 ਤੋਂ 250 ਫੰਕਸ਼ਨ ਦੇ ਵਿੱਚ ਡੇਲੀ ਫੰਕਸ਼ਨ ਹੂੰ ਸਾਡਾ ਸਾਡੀ ਡੇ ਇੱਕ ਡੇਟ ਦਾ ਅੱਛਾ ਇੰਨੇ ਆਉਂਦੇ ਸੀ 200 ਤੋਂ 250 ਇੱਕ ਡੇਟ ਦਾ ਮੁਰਦਾ ਸੀ ਫੰਕਸ਼ਨ ਜੀ ਅੱਛਾ ਜਿਹੜਾ ਬੁੱਕ ਹੋ ਗਿਆ ਹੋ ਗਿਆ 6 ਮਹੀਨੇ 4 ਮਹੀਨੇ ਸਾਲ ਕੀ 2-2 ਸਾਲ ਪਹਿਲਾਂ ਬੁਕਿੰਗ ਕਰਦੇ ਸੀ ਜਿਹੜੀ ਡੇਟ ਬੁੱਕ ਹੋ ਗਈ ਉਹ ਮੁੰਡਿਆਂ ਨੇ ਜਿਹੜੀ ਐਵਰੇਜ ਕੱਢ ਕੇ ਮੈਨੂੰ ਦੱਸੀ ਕਿ ਦੇ ਪਾਜੀ ਵੀ ਰਫਲੀ 2 ਤੋਂ 2500 ਫੰਕਸ਼ਨ ਦਿਹਾੜੀ ਦਾ ਸੀ ਮੋੜਦੇ ਆ ਜੀ ਅੱਛਾ ਇੱਕ ਹੁੰਦਾ ਵੀ ਆਪਾਂ ਦਿਨ ਦੇ ਵਿੱਚ ਇੱਕ ਪ੍ਰੋਗਰਾਮ ਫੜ ਲਿਆ ਪ੍ਰੋਗਰਾਮ ਕਿੰਨੇ ਕਰ ਦਿੰਦੇ ਸੀ ਜੀ 2 ਜੀ 2 ਦੀ ਐਵਰੇਜ ਅਸੀਂ ਫਿਰ ਕੁਝ ਜਦੋਂ ਬੋਥ ਆਤ ਹੋ ਗਈ ਨਾ ਜੀ ਔਰ ਮਾਜਿਸ਼ੀਅਨ ਸਾਡੇ ਚਲੋ ਹਰ ਇੱਕ ਨੂੰ ਪੈਸੇ ਦੀ ਲੋੜ ਆ ਭਾਜੀ ਮਾਜਿਸ਼ੀਅਨ ਕਦੀ ਨਾ ਨਹੀਂ ਕਰਦੇ ਰਾਤ ਦੇਣ ਜੀ ਔਰ ਮੇਰੇ ਮਜੇਸ਼ਨਾ ਨੇ ਵੀ ਕਿਹਾ ਪਾਜੀ ਵੀ ਹੁਣ ਤੱਕ ਕੱਪੜੇ ਵੀ ਨਹੀਂ ਧੋਹ ਹੁੰਦੇ ਇੱਕ ਛੁੱਟੀ ਕਰ ਲਿਆ ਕਰੋ ਹਫਤੇ ਚ ਅੱਛਾ ਜੀ ਅਸੀਂ ਫਿਰ ਬੈਂਡ ਦੇ ਕਹਿਣ ਤੇ ਅਸੀਂ ਇੱਕ ਛੁੱਟੀ ਹਫਤੇ ਦੇ ਵਿੱਚ ਕਰਨੀ ਸ਼ੁਰੂ ਕੀਤੀ ਔਰ ਸਾਡੇ ਕੋਲ 6 ਦਿਨ ਬਚੇ ਹਫਤੇ ਦੇ ਪਰ ਫਿਰ ਵੀ ਅਸੀਂ 48 ਫੰਕਸ਼ਨ 50 ਫੰਕਸ਼ਨ ਜਦੋਂ ਅਸੀਂ 7 ਦਿਨ ਕਰਦੇ ਸੀ ਮੈਂ 54 ਫੰਕਸ਼ਨ ਵੀ ਬਹੁਤ ਮਹੀਨਿਆਂ ਦੇ ਵਿੱਚ ਦਿਲਾਏ ਆ ਇਹ ਕੋਈ 6 ਮਹੀਨੇ ਸਾਲ ਦੀ ਖੇਡ ਨਹੀਂ ਔਰ 12 14 ਸਾਲ ਅਸੀਂ ਇਸੇ ਤਰ੍ਹਾਂ ਗੱਡੀਆਂ ਸੜਕਾਂ ਤੇ ਤੇ ਬੈਡ ਸਾਨੂੰ 3-4 ਘੰਟੇ ਦਿਹਾੜੀ ਚ ਐਵਰੇਜ ਇਨੀ ਆਉਂਦੀ ਸੀ ਸਟੇਜਾਂ ਤੇ ਦਾ ਗੱਡੀਆਂ ਸੜਕਾਂ ਤੇ ਰਹੇ। ਜੀਮਾ ਸਰ ਇਹਦਾ ਮਤਲਬ ਹੈ ਤੁਸੀਂ ਬੈੱਡ ਗੱਡੀ ਨੂੰ ਬਣਾ ਕੇ ਰੱਖਿਆ। ਬਹੁਤ ਲੰਬਾ ਸਫ਼ਰ ਲੰਬਾ ਪਿੰਡਾ ਗੱਡੀ ਤੇ ਤਾਂ ਟਾਇਰ ਘਸਾਈ ਰੱਖਦੇ ਹੋਮੋਂਗੇ ਕਦੇ ਇਧਰ ਨੂੰ ਤੇ ਕਦੇ ਉਧਰ ਨੂੰ। ਪਿੰਡ ਦੇ ਵਿੱਚ ਤੇ ਧੂੜ ਉੜਦੀ ਹੋ ਨਜ਼ਰ ਆਉਂਦੀ ਹੋਣੀ ਆ ਸਰਵਜੀਤ ਜੀ ਮਾ ਆ ਗਿਆ ਸਰਵਜੀਤ ਜੀ ਮਾ ਚਲਾ ਗਿਆ ਸਰਵਜੀਤ ਜੀ ਮਾ ਆ ਗਿਆ ਸਰਵਜੀਤ ਜੀ ਮਾ ਚਲਾ ਗਿਆ ਇੱਕ ਮੈਨੂੰ ਹੁਣ ਹੋਰ ਦੱਸਿਓ। ਆਮ ਤੌਰ ਤੇ ਘਰ ਦਾ ਜੋਗੀ ਜੋਗੜਾ ਤੇ ਬਾਹਰਲਾ ਜੋਗੀ ਸਿੱਧ। ਇਹ ਆਮ ਦੀ ਗੱਲ ਹੈ ਪੰਜਾਬੀ ਦੀ ਕਹਾਵਤ ਹੈ। ਆਪਣੇ ਪਿੰਡ ਦਾ ਕੋਈ ਪਲੇਅਰ ਹੋਵੇ, ਕੋਈ ਮਸ਼ਹੂਰ ਬੰਦਾ ਹੋਵੇ ਉਹ ਯਾਰੇ ਨੂੰ ਕੀ ਆ ਪਿੰਡ ਪਿੰਡ ਚ ਕਿਵੇਂ ਸੀ ਪਿੰਡ ਦੇ ਲੋਕੀ ਮਾਣ ਕਰਦੇ ਸੀ ਜਦ ਆਪਣੇ ਪਿੰਡ ਦੇ ਵਿੱਚੋਂ ਮੁੰਡਾ اٹھے। ਇਹ ਪਿੰਡ ਦੇ ਭਾਜੀ ਮੈਂ ਜਦੋਂ ਕਾਲਜ ਹੀ ਗਿਆ ਆ ਜੀ ਭੰਗੜੇ ਦੇ ਵਿੱਚ ਮੈਂ ਹੋਇਆ। ਉਦੋਂ ਤੋਂ ਹੀ ਇੱਕ ਲੋਕਾਂ ਦੇ ਵਿੱਚ ਜਿਵੇਂ ਕੋਲ ਸਟਾਰਡਮ ਟਾਈਪ ਨਹੀਂ ਹੁੰਦਾ ਜੀ ਸਾਡੇ ਪਿੰਡ ਚੋਂ ਮੁੰਡਾ ਨਿਕਲਿਆ ਤੇ ਜਰੰਦਰ ਗਿਆ ਪੜ੍ਹਨ ਔਰ ਭੰਗੜਾ ਦੇ ਦਾ ਟੀਵੀ ਤੇ ਆਉਂਦਾ। ਤੁਸੀਂ ਪਹਿਲੇ ਸੀ ਜੀ ਇਦਾਂ ਫਿਰ ਜਿਹੜੇ ਚਮਕੇ ਪਿੰਡ ਚੋਂ। ਹਾਂਜੀ ਹਾਂਜੀ। ਤਕਰੀਬਨ ਮੈਂ ਜਦ ਕਾਲਜ ਦੀ ਗੱਲ ਕਰਾਂ ਦਾ ਭੰਗੜਿਆਂ ਦੀ ਗੱਲ ਕਰਾਂ ਇੱਥੇ ਤੱਕ ਟੀਵੀ ਤੇ ਆਉਣ ਲੱਗਾ ਬੰਦਾ। ਉਹ ਵਿੱਚ ਲੋਕਾਂ ਦੇ ਵਿੱਚ ਪਿਆਰ ਬਹੁਤ ਸਗਾ ਜੀ। ਹੂੰ ਹੂੰ। ਬਾਕੀ ਐਵੇਂ ਰਸੂਖ ਹੁੰਦਾ ਜੀ ਆਪਣੇ ਪਰਿਵਾਰ ਦਾ ਤੁਹਾਡਾ ਕਿਸ ਤਰ੍ਹਾਂ ਜੀ। ਬੜਾ ਇੱਜ਼ਤਮਾਨ ਜੇ ਮੈਂ ਹੁਣ ਲੋਕਾਂ ਦੇ ਪਿਆਰ ਦੀ ਗੱਲ ਕਰਾਂ ਮੈਂ ਆਪਣੇ ਮੂੰਹ ਚੰਗੀ ਨਹੀਂ ਲੱਗਦੀ। ਪਰ ਮੈਂ ਸਾਡੇ ਦੋ ਨਗਰ ਹੈ ਜੀ ਨਾਲ ਨਾਲ ਜੀ ਚੀਮਾ ਕਲਾਣ ਚੀਮਾ ਖੁਰਦਾ ਛੋਟੇ ਨਾਲ ਦੂਜਾ ਪਿੰਡ ਹੈ ਜੀ ਹਾਂਜੀ ਮੈਨੂੰ ਲੱਗਦਾ ਵੀ ਜਿੰਨੀ ਬੁਕਿੰਗ ਮੈਨੂੰ ਪਿੰਡ ਦੇ ਵਿੱਚੋਂ ਮਿਲੀ ਆ ਹੂੰ ਉਹਨਾਂ ਦੇ ਵਿੱਚ ਵੀ ਮੈਂ ਪਹਿਲਾ ਸਿੰਗਰ ਹੋਊਗਾ ਮੈਨੂੰ ਲੱਗਦਾ ਆਪਣੇ ਪਿੰਡ 'ਚ ਪ੍ਰੋਗਰਾਮ ਲਾਉਣਾ ਦੋਨੇ ਪਿੰਡਾਂ ਦੇ ਵਿੱਚ ਮੈਂ 50 ਤੋਂ ਵੱਧ ਫੰਕਸ਼ਨ ਲਾਇਆ ਜੀ ਇਹ ਅਜੀਬ ਨਹੀਂ ਲੱਗਦਾ ਜੀ ਆਪਣੇ ਪਿੰਡ 'ਚ ਪ੍ਰੋਗਰਾਮ ਹੋਰ ਗੱਲਬਾਤ ਜੀ ਲੋਕੀ ਪਿਆਰ ਕਰਦੇ ਜੀ ਜਦੋਂ ਲੋਕੀ ਸਾਨੂੰ ਮਾਨ ਦਿੰਦੇ ਆ ਵੀ ਯਾਰ ਸਰਜੀ ਤੂੰ ਗਾਉਣਾ ਯਾਰ ਆਪਣੇ ਤੇਰੇ ਭਰਾ ਦਾ ਛੋਟੇ ਦਾ ਵਿਆਹ ਹੈ ਜਾਂ ਇਦਾਂ ਆ ਤੇ ਬਹੁਤ ਮੈਂ ਉਹਨਾਂ ਦਾ ਨਾਂ ਫਿਕਰੀ ਪ੍ਰਾਈਸ ਦੀ ਗੱਲ ਕੀਤੀ ਆ ਨਾ ਕਦੀ ਮਰੇਟ ਦੀ ਗੱਲ ਕੀਤੀ ਪਰ ਹੱਕ ਵੀ ਨਹੀਂ ਰੱਖਦੇ ਹੁਣੇ ਨਾ ਜੀ ਨਾ ਉਹਨਾਂ ਨੇ ਉਹ ਬਾਹਰੋਂ ਪਤਾ ਕਰ ਲੈਂਦੇ ਸੀ ਕੀ ਪ੍ਰਾਈਸ ਚੱਲਦਾ ਉਹ ਧੱਕੇ ਦੇ ਨਾਲ ਘਰੇ ਆ ਕੇ ਦਫ਼ਤਰ ਮਤਲਬ ਕਿਸੇ ਨੇ ਹੱਕ ਨਹੀਂ ਰੱਖਿਆ ਪਰ ਮੈਂ ਮੰਗਿਆ ਨਹੀਂ ਜੀ ਔਰ ਇੰਨੇ ਫੰਕਸ਼ਨ ਕਿਸੇ ਨਗਰ ਦੇ ਵਿੱਚ ਕਰਨੇ ਮੈਂ ਕਹਿੰਦਾ ਇਹ ਵੀ ਮੇਰੇ ਲਈ ਇੱਕ ਮਾਣ ਵਾਲੀ ਗੱਲ ਹੈ ਜੀਮਾ ਸਾਹਿਬ ਆਦਰਸ਼ ਹੁੰਦਾ ਬੰਦੇ ਦਾ ਆਈਡਲ ਹੁੰਦਾ ਬੰਦੇ ਦਾ ਕਿਉਂਕਿ ਆਪਾਂ ਜਦੋਂ ਵੀ ਕੋਈ ਨਿਸ਼ਾਨਾ ਮੈਸਦਿਆਂ ਕਿਸੇ ਨੂੰ ਦੇਖ ਕੇ ਮਾੜਾ ਮੋਟਾ ਹੁੰਦਾ ਯਾਰ ਮੈਂ ਐਦਾਂ ਕਦਾ ਬਣ ਜਾ ਐਸੇ ਜਿਹਾ ਕਲਾਕਾਰ ਮੈਂ ਬਣ ਜਾ ਇੰਨਾ ਕ ਮੇ ਕਿੰਨਾਂ ਨੂੰ ਜ਼ਿਆਦਾ ਸੁਣਦੇ ਹੁੰਦੇ ਸੀ ਕਿਹੜੇ ਆਈਡਲ ਸੀ ਤੁਹਾਡੇ ਮੈਂ ਵਨੀਪਾਲ ਭਾਜੀ ਇਦਾਂ ਕੋਈ ਜਦੋਂ ਮੈਂ ਕਾਲਜ ਲਾਈਫ ਤੱਕਰ ਮੈਂ ਦੱਸਿਆ ਜੀ ਮੈਂ ਪ੍ਰੋਫੈਸ਼ਨਲੀ სპੋਰਟਸਮੈਨ ਭੰਗੜੇ ਨਾਲ ਜੁੜ ਗਿਆ ਗਾਇਕੀ ਕ੍ਰੇਡਾ ਕੇ ਸ਼ੁਰੂ ਹੋਈ ਆ ਔਰ ਮੈਂ ਇਦਾਂ ਕਦੀ ਸੋਚਿਆ ਹੀ ਨਹੀਂ ਸੀਗਾ ਕਿ ਮੈਂ ਇਸ ਬੰਦੇ ਵਾਂਗ ਬਣਨਾ ਪਰ ਜਿਹੜਾ ਮੇਰੇ ਅੰਦਰ ਸੀ ਮੇਰਾ ਟੇਸਟ ਉਹ ਮੈਂ ਕੁਲਦੀਪ ਮਾਨਕ ਸਾਹਿਬ ਹੋਣਾ ਤੋਂ ਲੈ ਕੇ ਜੀ ਦੁਕਾਨੇ ਮੁਹੰਮਦ ਸਦੀਕ ਹੋਣੀ ਇੰਦਾਰ ਸੰਧੂ ਫਿਰ ਚਮਕੀਲਾ ਸਾਹਿਬ ਆ ਗਏ ਉਦੋਂ ਬਾਅਦ ਜਿੰਨੇ ਵੀ ਗਵਈਏ ਹੋਰ ਹਿੱਟ ਸਗੇ ਜੀ ਗੁਰਦਾਸ ਭਾਜੀ ਤੋਂ ਲੈ ਕੇ ਸਾਰਿਆਂ ਨੇ ਬਹੁਤ ਸੁਣਿਆ ਜੀ ਹੂੰ ਹੂੰ ਔਰ ਇਹ ਜਿਹੜੀ ਪੰਜਾਬੀ ਪਿੰਡਾਂ ਵਾਲੀ ਗਾਇਕੀ ਹੈ ਜੀ ਇਹ ਇਹ ਰੰਗ ਮੈਨੂੰ ਅੰਦਰੋਂ ਪਹੁੰਚਦਾ ਚੰਗਾ ਲੱਗਦਾ ਸੀ ਇਸੇ ਕਈ ਵਾਰੀ ਇਹ ਹੁੰਦਾ ਚਿਮਾ ਸਾਹਿਬ ਜਦੋਂ ਆਪਾਂ ਕਿਸੇ ਵੱਡੇ ਸਥਾਨ ਤੇ ਮਕਾਮ ਤੇ ਚਲੇ ਜਾਂਦੇ ਆ ਉਹਦੇ ਪਰਿਵਾਰ ਦੇ ਵਿੱਚੋਂ ਬੱਚਾ ਜਾਂ ਬੱਚੀ ਕੋਈ ਜ਼ਰੂਰ ਉਧਰ ਨੂੰ ਪੱਬ ਪੁੱਟਦੀ ਆ ਉਹਦਾ ਕਾਰਨ ਹੁੰਦਾ ਕਿ ਘਰ ਦਾ ਮਾਹੌਲ ਉਹ ਜਾ ਬਣ ਜਾਂਦਾ ਤੁਹਾਡੇ ਤੋਂ ਪਹਿਲਾਂ ਘਰ ਦਾ ਖੇਤੀਬਾੜੀ ਵਾਲਾ ਮਾਹੌਲ ਮਾਹੌਲ ਹੀ ਹੈ ਨਹੀਂ ਪਰ ਤੁਸੀਂ ਆਚਨ ਚ ਤੁਹਾਡੀ ਕਿਸਮਤ ਨੇ ਇੱਕ ਐਜਾ ਪਾਉ ਫਟਾਲਾ ਲਿਆ ਤੇ ਤੁਸੀਂ ਸਟਾਰ ਬਣ ਗਏ ਭੰਗੜੇ ਦੇ ਵੀ ਗਾਇਕੀ ਦੇ ਵੀ ਪਰਿਵਾਰ ਦੇ ਵਿੱਚ ਕਿਸੇ ਜੀ ਨੂੰ ਚੇਟਕ ਹੈ ਜੀ ਇਹ ਮੈਂ ਨਾ ਜੀ ਇਹਦੇ ਨਾਲ ਥੋੜੀ ਜਿਹੀ ਐਡ-ਆਨ ਕਰ ਦਾਂ ਗੱਲ ਜੀ ਜੀ ਘਰ ਦੇ ਵਿੱਚ ਬਨੀਪਾਲ ਪਾਜੀ ਕੋਈ ਵੀ ਪ੍ਰੋਫੈਸ਼ਨਲ ਗਵਈਆ ਨਹੀਂ ਸੀ ਜੀ ਜੀ ਪਰ ਮੇਰੇ ਸਾਡੇ ਪਾਪਾ ਜੀ ਹਾਂ ਹਾਂ ਫਾਦਰ ਸਾਹਿਬ ਤੇ ਸਾਡੇ ਮਦਰ ਅੱਛਾ ਜੀ ਸਾਡੀ ਮਾਤਾ ਨੂੰ ਜਦੋਂ ਕੋਈ ਵਿਆਹ ਸੁਧ ਹੁੰਦਾ ਸੀ ਹਾਂ ਹਾਂ ਤਾਂ ਮੇਰਾ خیال ਜੀ ਹਰ ਭਜਨ ਕੋਰ ਚੀਮਾ ਉੱਥੇ ਨਹੀਂ ਸੀ ਪਹੁੰਚਦੀ ਹੂੰ ਉਹਨੂੰ ਹਰ ਲੇਡੀ ਮਿਸ ਕਰਦੀ ਸੀ ਵੀ ਭਜਨ ਕੋਰ ਨਹੀਂ ਆਈ ਤੇ ਗੱਲ ਬਣਨੀ ਨਹੀਂ ਅੱਛਾ ਇਹਨਾਂ ਦਾ ਅੰਦਰਗਾਹ ਇੱਕ ਹੀ ਉਹਨਾਂ ਦਾ ਵੀ ਸੀ ਹਾਂ ਸਾਡੇ ਮਦਰ ਨੂੰ ਕਤੋਂ-ਕਤ ਮੇਰਾ خیال ਵੀ ਸੈਂਕੜੇ ਬੋਲੀਆਂ ਮੂੰਹ ਜਮਾਨੀ ਯਾ ਤੂਤੀਆਂ ਵਾਲੀ ਬੋਲੀ ਅਸੀਂ ਬਚਪਨ ਤੋਂ ਪਾਉਨੇ ਆ ਜੀ ਸਾਡੀ ਮਦਰ ਤੋਂ ਸੁਣੀ ਆ ਜੀ ਉਹ ਇਲਾਕੇ ਦਾ ਹੁਲਾਰਾ ਸਾਡੀ ਮਦਰ ਦੀ ਬੋਲੀ ਮੈਂ ਫਾਲੋ ਕੀਤੀ ਹੋਈ ਆ ਤੇ ਜੇ ਮੈਂ ਆਪਣੇ ਪਾਪਾ ਜੀ ਦੀ ਗੱਲ ਕਰਾਂ ਸਾਡੇ ਤਾਇਆ ਜੀ ਹੋਣੀ ਸਾਡੇ ਗ੍ਰੈਂਡਫਾਦਰ ਦਾਦਾ ਹੋਣੀ ਜਦੋਂ ਮੈਂ ਸਵਰਸ ਸੰਭਾਲੀ ਆ ਮੈਂ ਆਪਣੇ ਬਾਣਦਿਆਂ ਮੰਜਿਆਂ ਤੇ ਕਲੀਆਂ ਵਾਜਾਂ ਜੀ ਦیدار ਸਿੰਘ ਰਟਾਂਡੇ ਵਾਲਾ ਸ਼ੌਂਕੀ ਸਾਹਿਬ ਜੀ ਇਹ ਮੈਂ ਬਚਪਨ ਤੋਂ ਸੁਣਦਾ ਚਾਦਰਿਆਂ ਵਾਲੇ ਤਾਈ ਹੁੰਨੀ ਸਾਡੇ ਡੈਡੀ ਹੁੰਨੀ ਬੈਠੇ ਮੇਰੇ ਡੈਡੀ ਨੂੰ ਡੈਡੀ ਸਾਡੇ ਬਿਲਕੁਲ ਅਨਪੜਾ ਜੀ ਫਾਦਰ ਸਾਹਿਬ ਨੂੰ ਘਟੋ ਘਟ 100 ਤੋਂ ਉੱਪਰ ਕਵੀਸ਼ਰੀ ਤੇ ਬਾਜ਼ੀ ਜਵਾਨੀ ਜਿਆਦਾ ਵਾਹ ਇਹਦਾ ਮਤਲਬ ਕਿਤਨੇ ਕੁ ਤੇ ਬਲੱਡ ਚੋਂ ਡੀਐਨਏ ਚ ਸੀ ਜੀ 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 ਸੋ ਹੁਣ ਅੱਗੇ ਪਰਿਵਾਰ ਚ ਜੀ ਹੈ ਤੇ ਅੱਗੇ ਦੇਖੋ ਜੀ ਹੁਣ ਬੇਟੇ ਦੋ ਆ ਜੀ ਮੇਰੇ ਗੁਰਵਰ ਤੇ ਅਣ ਸੁਖਮਨ ਗੁਰਵਰ ਪ੍ਰਤੀਕ ਚੀਮਾ ਸੁਖਮਨ ਪ੍ਰਤੀਕ ਚੀਮਾ ਦੋਨਾਂ ਨੂੰ ਹੁਣ ਇਸ ਟਾਈਮ ਉਹ ਦੋਨੇ ਇੰਟਰਸਟਿਡ ਅੱਛਾ ਜੀ ਉਹ ਅਸੀਂ ਤੁਹਾਨੂੰ ਗੁਰਬਰ ਦਾ ਹੁਣ ਬਹੁਤ ਜਲਦੀ ਬੀਤ ਸਿੰਗਲ ਦੇਖਣ ਨੂੰ ਮਿਲੇਗਾ ਜੀ ਦੋ ਤਿੰਨ ਮਹੀਨੇ ਚ ਅੱਛਾ ਜੀ ਹਾਂਜੀ ਤੇ ਸੁਖਮਨ ਵੀ ਮਗਰ ਬਟਕਾ ਮਾਰਦਾ ਉਹ ਵੀ ਰਿਆਜ਼ ਕਰਦਾ ਜੀ ਸਿੱਖਦੇ ਨੇ ਪ੍ਰੋਪਰ ਤੇ ਦੇਖੋ ਬਾਕੀ ਹੁਣ ਉਹਨਾਂ ਦੀ ਆਪਣੀ ਕਿਸਮਤ ਆ ਜੀ ਹਾਂ ਜੀ ਜੀ ਉਹ ਮਾਲਕ ਨੂੰ ਕੀ ਮਾਲਕ ਨੂੰ ਕੀ ਭਾਉਂਦਾ ਹੈ ਤੇ ਉਹਦਾ ਪਰ ਆਪਣਾ ਮਿਹਨਤ ਕਰਨਾ ਆਪਣਾ ਫਰਜ਼ ਹੈ ਜੀ ਜੀ ਚਿਮਤ ਸਾਹਿਬ 14 15 ਵਾਰੇ ਐਂ ਪੀਕਤੇ ਰਹਿਣਾ ਇਹ ਸੁਖਾਲਾ ਨਹੀਂ ਜਦੋਂ ਇੱਕ ਬੰਦਾ ਹਿੱਟ ਹੋ ਜਾਂਦਾ ਮੈਂ ਕਈ ਵਾਰੀ ਮਹਿਸੂਸ ਕਰਦਾ ਜੇ ਮੈਂ ਗਲਤ ਹੋਇਆ ਮੈਨੂੰ ਕਰੈਕਟ ਜਰੂਰ ਕਰਿਓ ਜੀ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਜਿਹੜਾ ਬੰਦਾ ਹਿੱਟ ਨਹੀਂ ਹੋ ਜਾਂਦਾ ਉਹ ਸਟਰਗਲ ਕਰਦਾ ਹੈ ਕਿ ਮੈਂ ਹਿੱਟ ਹੋ ਜਾ ਮੈਂ ਫੀਲ ਕਰਦਾ ਹੁੰਦਾ ਹੈ ਕਿ ਜਿਹੜਾ ਬੰਦਾ ਹਿੱਟ ਹੋ ਗਿਆ ਉਹਦੇ ਵਾਸਤੇ ਚੁਣੌਤੀਆਂ ਵੱਡੀਆਂ ਹੋ ਜਾਂਦੀਆਂ ਯਾਰ ਹੁਣ ਮੈਂ ਕੀ ਕਰਾਂ ਲੋਕਾਂ ਦੀਆਂ ਉਹਦੇ ਤੋਂ ਇੱਛਾਵਾਂ ਵੱਧ ਜਾਂਦੀਆਂ ਨੇ ਫਿਰ ਉਦੋਂ ਕੀ ਮਹਿਸੂਸ ਕਰਦਾ ਕਿਵੇਂ ਅਗਲਾ ਗੀਤ ਵੱਡਾ ਕਰਨ ਦੀ ਜਾਂ ਟੇਪ ਵੱਡੀ ਕਰਨ ਦੀ ਕੋਸ਼ਿਸ਼ ਕਰਦੇ ਸੀ ਜੀ ਉਹਦੇ ਵਿੱਚ ਭਾਜੀ ਇਹ ਤਾਂ ਬਹੁਤ ਜ਼ਰੂਰੀ ਸੀਗਾ ਕਿ ਜਦੋਂ ਅਸੀਂ ਵੀ ਮਾਰਕੀਟ ਦੇ ਵਿੱਚ ਐਂਟਰ ਕੀਤਾ ਮੈਦਾਨ ਬਹੁਤ ਤਕੜਾ ਸੀਗਾ ਹਮਮ ਔਰ ਜਦੋਂ ਚਲੋ ਲੋਕਾਂ ਨੇ ਕਬੂਲੇਆ ਰੰਗਲਾ ਪੰਜਾਬ ਐਲਬਮ ਤੋਂ ਬਾਅਦ ਉਦੋਂ ਵੀ 10-12 ਸਿੰਘ ਰੇਦਾਂ ਦੇ ਸੀਗੇ ਥੰਮ ਹਮਮ ਪੰਜਾਬੀ ਇੰਡਸਟਰੀ ਤੇ ਜੀ ਤੇ ਉਦੋਂ ਵੀ ਇਦਾਂ ਲੱਗਦਾ ਹੁੰਦਾ ਸੀ ਕੋਈ ਤੁਹਾਡੀ ਇੱਕ ਸੀਡੀ ਇੱਕ ਐਸਿਡ ਵੀ ਢਿੱਲੀ ਰਹਿ ਗਈ ਅਗੇ ਆ ਤਾਂ ਤੁਸੀਂ ਕਾਫੀ ਸਟੈਪ ਪਿੱਛੜ ਸਕਦੇ ਆ ਅਗਲਾ ਬੰਦਾ ਮੋਰੇ ਰੰਗ ਜਾਣਾ ਕੋਈ ਜੈਲਸ ਬਾਜੀ ਨਹੀਂ ਸੀ ਸਾਡੇ ਵਿੱਚ ਪਿਆਰ ਸਤਿਕਾਰ ਬਹੁਤ ਸੀ ਹੁਣ ਵੀ ਉਸੇ ਤਰ੍ਹਾਂ ਹੀ ਆ ਪਰ ਉਹ ਜਿਹੜਾ ਉਹ ਕੰਪੀਟੀਸ਼ਨ ਹੁੰਦਾ ਜੀ ਉਹ ਤੁਹਾਨੂੰ ਚੁੱਕ ਕੇ ਰੱਖਦਾ ਥੋੜਾ ਜਿਹਾ ਵੀ ਹਾਂ ਭਾਈ ਕਰਨਾ ਪੈਣਾ ਕੁਝ ਜੇ ਨਾ ਕੀਤਾ ਤਾਂ ਤੂੰ ਪਿੱਛੇ ਰਹਿ ਜਾਵੇਂਗਾ ਤੇ ਉਹ ਚੀਜ਼ ਦੇ ਨਾਲ ਸਾਨੂੰ ਅਸੀਂ ਇੱਕ ਦੂਜੇ ਦੇ ਨਾਲ ਜਿਦਾਂ ਕਹ ਲਓ ਵੀ ਵੀ ਕੋਈ ਕਲਟੀ ਲੀਡਰ ਆ ਜਾਏ ਚੜ ਤੋ ਚੜਦਾ ਵੀ ਇਸ ਵਾਰ ਦਿੱਲੀ ਹੋਈ ਐਲਬਮ ਦੂਸਰੀ ਪਰ ਬੰਬੇ ਕਰਨੀ ਆ ਆਹ ਡਾਇਰੈਕਟਰ ਵੱਡਾ ਵੀਡੀਓ ਵੱਡਾ ਕਰਦੇ ਆ ਆਡੀਓ ਹੋਰ ਅੱਛੇ ਲੈਵਲ ਦੀ ਕਰਦੇ ਆ ਨਵੇਂ ਨਵੇਂ ਤਜਰਬੇ ਤੇ ਪ੍ਰੋਮੋਸ਼ਨ ਹੋਰ ਵੱਡੀ ਕਰੀਏ ਤੇ ਉਦੋਂ ਮੈਨੂੰ ਇਹ ਜਿਆਦਾ ਬਨੀਪਾਲ ਸਾਹਿਬ ਜਦੋਂ ਅਸੀਂ ਦੋ ਦੋ ਸ਼ੋਅ ਦਿੱਲੀ ਲਾਉਂਦੇ ਹੁੰਦੇ ਸੀ ਮੈਂ ਹਾਰਡ ਵਰਕ ਦੀ ਗੱਲ ਨਹੀਂ ਕੀ ਜੀ ਐਡ ਆਨ ਕਰਨ ਲੱਗਦਾ ਜੀ ਜੀ ਜੇ ਸਾਡਾ ਕੋਈ 12:30 ਵਜੇ ਵਿਆਹ ਦਾ ਸ਼ੋਅ ਸਟਾਰਟ ਹੋਣਾ ਤੇ ਸਾਡਾ 1.5 ਘੰਟੇ ਦਾ ਰਾਹ ਆ ਜਲੰਧਰੋਂ ਤਾਂ ਮੈਂ 4 ਘੰਟੇ ਲੈ ਕੇ ਤੁਰਦਾ ਸੀ ਰਾਜ ਪੋਸਟਰ ਸੀ ਤੜਕੇ ਉੱਠ ਕੇ ਧੁੰਦ ਦੇ ਵਿੱਚ ਆਪ ਲਾਉਣੇ ਪੋਸਟਰ ਕੰਧਾਂ ਤੇ ਅਸੀਂ ਹਿੱਟ ਹੋਣ ਤੋਂ ਬਾਅਦ ਵੀ ਮੈਂ ਪੋਸਟਰ ਆਪਣੇ ਆਪ ਲਾਉਂਦਾ ਰਿਹਾ ਹੂੰ ਬਸ ਢਿਆਂ ਦੇ ਉੱਪਰ ਅੱਛਾ ਇਹ ਆਪਣੇ ਆਪ ਦੇ ਵਿੱਚ ਅਜੀਬ ਗੱਲ ਹੈ ਹੁਣ ਜਿਹੜੇ ਤੁਹਾਡੇ ਨਾਲ ਵੀ ਨਹੀਂ ਮਜਿਸ਼ੀਨ ਵੀ ਨਹੀਂ ਸਜਨ ਦੇ ਵੀ ਨਹੀਂ ਉਹਦਾ ਬੰਦੇ ਨੂੰ ਸਟਾਰਡਮ ਹੋਇਆ ਹੁੰਦਾ ਹੈ ਇਸ ਤਰ੍ਹਾਂ ਦੀ ਕਦੇ ਦਿਮਾਗਤ ਨਹੀਂ ਹੁੰਦੀ ਯਾਰ ਹੁਣ ਮੈਂ ਮੈਂ ਆਪਣੇ ਪੋਸਟਰ ਲਾਵਾਂ ਕਦੇ ਨਹੀਂ ਸੋਚਦੇ ਓ ਨਹੀਂ ਜੀ ਉਹ ਮਤਲਬ ਐ ਆਉਂਦਾ ਵੀ ਅੰਦਰੋਂ ਜੇ ਮੈਂ ਆਪਣੀ ਗੱਲ ਕਰਾਂ ਜੀ ਜੀ ਔਰ ਚਾ ਚੜਦਾ ਮਾਰਕ ਨੇ ਕਰਪਾ ਕੀਤੀ ਹੈ ਹੁਣ ਆ ਚੀਜ਼ ਨਵੀਂ ਰਿਲੀਜ਼ ਕੀਤੀ ਹੈ ਹੁਣ ਲੋਕਾਂ ਸਾਹਮਣੇ ਵੱਧ ਤੋਂ ਵੱਧ ਜੋ ਵੀ ਤਰੀਕੇ ਜਿੰਨੇ ਹੈਗੇ ਆ ਉਹਨਾਂ ਤਰੀਕਿਆਂ ਨਾਲ ਹੀ ਲੋਕਾਂ ਸਾਹਮਣੇ ਲੈ ਕੇ ਆਈਏ ਚਾਹ ਬੜਾ ਹੁੰਦਾ ਸੀ ਔਰ ਤਿੰਨ ਤਿੰਨ ਘੰਟੇ ਸਟੇਜ ਤੇ ਲੱਤਾਂ ਟੁੱਟ ਜਾਣੀਆਂ ਗੱਡੀ 'ਚ ਬੈਠਣਾ ਹੋਣਾ ਬਹੁਤ ਦੇ ਵਿੱਚ ਪਰ ਦੋਵੇਂ ਦਿਨ ਚਾਹ ਚੜਦਾ ਸੀ ਵੀ ਅਜ ਉਤਰਾਚਲ ਜਾਣਾ 17 ਘੰਟੇ ਡਰਾਈਵ ਆ ਜਾਣਾ ਪਰ ਅੰਦਰੋਂ ਚਾਹ ਜਿਹੜਾ ਉਹ ਚਾਹ ਜਿਹੜਾ ਇੱਕ ਲੋਕਾਂ ਦਾ ਪਿਆਰ ਤੇ ਮਿਹਨਤ ਜਿਹੜੀ ਹੈ ਜੀ ਇਹ ਤੁਹਾਨੂੰ ਫਿਰ ਚੁੱਕੀ ਫਿਰਦੀ ਹੈ ਜੀਮਾ ਸਭ ਤੁਸੀਂ ਹੁਣ ਜਦੋਂ ਗੁਰਵਰ ਦੀ ਗੱਲ ਕੀਤੀ ਤੁਸੀਂ ਜ਼ਿਕਰ ਕੀਤਾ ਕਿ ਇਹ ਮੁਕੱਦਰ ਆਪਣਿਆ ਮਿਹਨਤ ਕਰਨਾ ਫਰਜ਼ ਹੈ ਪਰ ਕਿਸੇ ਨੂੰ ਥਾਂ ਦੇਣਾ ਉਹ ਤੋਂ ਵੀ ਵੱਡੀ ਗੱਲ ਹੈ ਮੈਨੂੰ ਇਹ ਦੱਸਿਓ ਕਈ ਵਾਰਾਂ ਸਾਨੂੰ ਇਧਰੋਂ ਉਧਰੋਂ ਖਬਰਾਂ ਮਿਲੀਆਂ ਨੇ ਕਿ ਜਿਹੜਾ ਅਮਰਿੰਦਰ ਗਿੱਲ ਨੇ ਪਹਿਲਾ ਗੀਤ ਗਾਇਆ ਦਰਸ ਲੋ ਤੁਸੀਂ ਕੌਣਾ ਸੀ ਉਹ ਗੀਤ ਤੁਹਾਡੇ ਹਿੱਸੇ ਆਇਆ ਸੀ ਪਰ ਤੁਸੀਂ ਉਹਨਾਂ ਨੂੰ ਦਿੱਤਾ ਇਹ ਗੱਲ 'ਚ ਕਿੰਨੀ ਕਿ ਸੱਚਾਈ ਹੈ ਕਿ ਅਮਰਿੰਦਰ ਦੀ ਤੁਹਾਡੇ ਨਾਲ ਉਹਨਾਂ ਦਿਨਾਂ 'ਚ ਵੀ ਕਾਫੀ ਨੇੜਤਾ ਸੀ ਅੱਜ ਵੀ ਨੀ ਅਮਰਿੰਦਰ ਬੇਸਿਕਲੀ ਜੀ ਮੈਂ ਅਮਰਿੰਦਰ ਤੋਂ ਸੀਨੀਅਰ ਹਾਂ ਇੱਕ ਬੈਚ ਜਦੋਂ ਮੈਂ 94 ਚ ਜਾ ਕੇ ਜੀ ਖੱਟਾ ਡੋਰੀਆ ਕੀਤੀ ਆ ਹੁਣ ਮੈਨੂੰ ਕੁਛ ਨਹੀਂ ਪਤਾ ਅਮਰਿੰਦਰ ਉਹ ਸੈਲਬਮ ਨੂੰ ਪਿਆਰ ਕਰਦਾ ਸੀ ਕਿਤੇ ਬਹੁਤ ਜੋ ਹੁਣ ਮੈਨੂੰ ਬਾਅਦ ਚ ਪਤਾ ਲੱਗਿਆ ਨਾ ਅੱਛਾ ਜੀ ਉਹ ਜਦੋਂ ਅਸੀਂ ਜਾ ਕੇ ਆਫਿਸ ਖੋਲਿਆ ਤੇ ਅਮਰਿੰਦਰ ਸਾਨੂੰ ਮਿਲਣ ਗੇਣ ਲੱਗ ਪਿਆ ਉੱਥੇ ਆ ਕੇ ਨਵਾਂ ਮੁੰਡਾ ਬਲੂਰ ਹਾਂਜੀ ਹੁਣ ਸਾਨੂੰ ਨਹੀਂ ਪਤਾ ਵੀ ਅਮਰਿੰਦਰ ਗਿੱਲ ਇਹ ਸਟਾਰ ਇਹਨੇ ਵੱਡਾ ਸਟਾਰ ਬਣਨਾ ਹੈ ਹਾਂਜੀ ਹਾਂਜੀ ਪਿਆਰ ਕਰਦਾ ਤੇ ਮੁੰਡਾ ਬੀਬਾ ਬੜੀ ਨੇਚਰ ਬੜੀ ਬੀਬੀ ਇੱਕ ਦੋ ਵਾਰੀ ਫੰਕਸ਼ਨ ਤੇ ਵੀ ਨਾਲ ਗਿਆ ਸਾਡੇ ਆਫਿਸ ਆ ਜਾ ਤੇ ਅਸੀਂ ਕਹਣਾ ਚਾ ਕਰਦਾ ਮੁੰਡਾ ਉਦਾਂ ਹੀ ਪਿਆਰ ਕਰਦਾ ਤੇ ਇੱਕ ਮਿਲਣੀ ਜਦੋਂ ਸਾਡੀ ਚੌਥੀ ਪੰਜਵੀਂ ਮਿਲਣੀ ਸੀ ਤਾਂ ਆਫਿਸ ਜਲੰਧਰ ਵਾਲੇ ਸਾਡੇ ਅਸੀਂ ਤਿੰਨੇ ਜਣੇ ਬੈਠੇ ਅਲੇ ਅਸੀਂ ਮੁੰਡਾ ਵੀ ਆਫਿਸ ਨਹੀਂ ਸੀ ਰੱਖਿਆ ਮੈਂ ਤੇ ਵੱਡਾ ਭਾਈ ਤੇ ਮਿੱਤਰ ਗੱਮਾ ਤਿੰਨੇ ਜਣੇ ਬੈਠੇ ਤੇ ਮਰਿੰਦਰ ਆ ਗਿਆ ਮੈਨੂੰ ਰਹਾ ਦਾ ਨਾਲ ਕਾਰਜ ਸੀ ਜਾਂ ਕੋਈ ਬੰਦਾ ਹੋਰ ਸੀ ਇੱਕ ਮੁੰਡਾ ਹੋਰ ਸੀ ਮੈਨੂੰ ਉਹਦੀ ਹੋਂ ਸ਼ਕਲ ਉਸ ਵੀ ਕਾਰਜੀ ਹੁੰਦਾ ਸੀ ਜਨਾਬ ਕੋਈ ਹੋਏਗਾ ਜੀ ਤੇ ਅਮਰਿੰਦਰ ਮੈਨੂੰ ਬੈਠੇ ਚਾਹ ਪਾਣੀ ਅਸੀਂ ਪੀਤਾ ਕਹਿੰਦਾ ਭਾਜੀ ਹੁਣ ਉਹਦੇ ਅੰਦਰ ਉਬਾਲਾ ਮਾਰਦੀ ਸੀ ਉਹ ਚੀਜ਼ ਨਾ ਉਹ ਉਬਾਲਾ ਕੀ ਸੀ ਅਮਰਿੰਦਰ ਗਿੱਲ ਦੇ ਅੰਦਰਲਾ ਆਪਾਂ ਉਹਦੇ ਤੇ ਗੱਲਬਾਤ ਕਰਨੀ ਹੈ ਦੋਸਤੋ ਦੇਖਿਓ ਕਿ ਆਹ ਦਿਲਚਸਪ ਗੱਲ ਆਮ ਤੌਰ ਤੇ ਅਸੀਂ ਇੱਕ ਦੂਸਰੇ ਨੂੰ ਸਥਾਨ ਜਾਂ ਥਾਂ ਦੇਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਕਿਤੇ ਮੇਰੇ ਵਾਲੀ ਥਾਂ ਤੇ ਮੇਰੀ ਥਾਂ ਨੂੰ ਕੋਈ ਮਾਰ ਲ ਕੇ ਹੋਰ ਨਾ ਬਹਿ ਜਾਏ ਇਹ ਗੱਲਬਾਤ ਕਰਾਂਗੇ ਸਮਾਂ ਬ੍ਰੇਕ ਦਾ ਅਸੀਂ ਵਾਪਸ ਆਈਏ ਦੋਸਤੋ ਚਲਦੇ ਚਲਦੇ ਅਸੀਂ ਪ੍ਰੋਗਰਾਮ ਦੀ ਆਖਰੀ ਮੰਜ਼ਲ ਵੱਲ ਰੁੱਖ ਕਰ ਰਹੇ ਹਾਂ ਅਸਲ ਦੇ ਵਿੱਚ ਗਾਇਕ ਕਲਾਕਾਰ ਸਰਬ ਦੀ ਟੀਮਾ ਦਾ ਬਿਲਕੁਲ ਨਵਾਂ ਗੀਤ ਜੱਟ ਤੇ ਟਰੱਕ ਆਇਆ ਉਹਦੇ ਬਾਬਤ ਵੀ ਗੱਲਬਾਤ ਹੈ ਤੇ ਨਾਲ ਨਾਲ ਸੰਘਰਸ਼ ਦੀਆਂ ਗੱਲਾਂ ਨੇ ਬੜੀਆਂ ਦਿਲਚਸਪ ਨੇ ਹੋ ਸਕਦਾ ਬਹੁਤ ਸਾਰੀਆਂ ਗੱਲਾਂ ਇਹ ਤੁਸੀਂ ਪਹਿਲੀ ਵਾਰੀ ਸੁਣੋਗੇ ਟੀਮਾ ਸਾਹਿਬ ਫਿਰ ਕੀ ਹੋਇਆ ਫਿਰਾਂ ਜੀ ਅਮਰਿੰਦਰ ਦੇ ਅੰਦਰ ਉਹ ਜਿਹੜੀ ਵਾਲਾ ਚੀਜ਼ ਮਾਰਦੀ ਸੀ ਜਿਹੜੀ ਉਹ ਸਾਂਝੀ ਕਰਨੀ ਚਾਹੁੰਦਾ ਸੀ ਤੇ ਅਮਰਿੰਦਰ ਕਹਿੰਦਾ ਕਹਿੰਦਾ ਭਾਜੀ ਮੈਂ ਇੱਕੋ ਚੋ ਇੱਕ ਗਾਣਾ ਸੁਣਾਵਾਂ ਅੱਛਾ ਜੀ ਮੈਂ ਕਦੋਂ ਗਾ ਲੈਣਾ ਹੂੰ ਕਹਿੰਦਾ ਹਾਂਜੀ ਮੈਂ ਤੁਹਾਨੂੰ ਸੁਣਾਉਣਾ ਮੱਕਸਣਾ ਉਹ ਮਰਿੰਦਰ ਨੇ ਟੱਪੇ ਸੁਣਾਏ ਬਾਹੂ ਅੱਛਾ ਜੇ ਟੱਪੇ ਇਹਨਾਂ ਦੀ ਪਹਿਲੀ ਐਲਬਮ ਚ ਆਇਆ ਉਹ ਜਦੋਂ ਮਰਿੰਦਰ ਨੇ ਉਹ ਟੱਪੇ ਸੁਣਾਏ ਤੇ ਬੜਾ ਸਕੂਨ ਬੜੀ ਮਿਠਹਿਰਾ ਬਹੁਤ ਹੀ ਵਧੀਆ ਗਾਇਕੀ ਮੈਂ ਕਹਿਆ ਯਾਰ ਇਹ ਤਾਂ ਬੰਦਾ ਮੱਝਿਆ ਹੋਇਆ ਬੰਦਾ ਮੈਂ ਕਹਿਆ ਯਾਰ ਤੂੰ ਛੋਟੇ ਵੀਰ ਤੂੰ ਤਾਂ ਬਹੁਤ ਵਧੀਆ ਗਾਉਣਾ ਕਹਿੰਦਾ ਜੀ ਨਹੀਂ ਮੈਂ ਕਹ ਤੂੰ ਤਾਂ ਸਿੱਖਿਆ ਹਾਂ ਯਾਰ ਹਾਂ ਕਹਿੰਦਾ ਭਾਜੀ ਮੈਂ ਸਿੱਖਿਆ ਕੁਛ ਨਹੀਂ ਮੈਂ ਤੁਹਾਡੇ ਗੀਤਾਂ ਨੂੰ ਪਿਆਰ ਕਰਦਾ ਖੱਟੇ ਡੋਰੀਏ ਨੂੰ ਨੱਚੀ ਢੀਏ ਨੂੰ ਹਾਂ ਹਾਂ ਮੈਂ ਟੂਰ ਤੇ ਵੀ ਮੈਂ ਤੇ ਬਸ ਉਦਾਂ ਗਾ ਲੈਣਾ ਅੱਛਾ ਜੀ ਮੈਂ ਉਹਨੂੰ ਪੁੱਛਿਆ ਵੀ ਨਹੀਂ ਮੈਂ ਫੋਨ ਡਾਇਲ ਕੀਤਾ ਮੈਂ ਸੁਖਪਾਲ ਸੁਖ ਭਾਜੀ ਨੂੰ ਫੋਨ ਲਾਇਆ ਇਹ ਵੀ ਉਦੋਂ ਪਿੰਡ ਤੇ ਨੋਵਾਲੀ ਆਏ ਹੋਏ ਸੀ ਮੈਂ ਕਿਹਾ ਭਾਜੀ ਬੰਦਾ ਸੁਣਾਉਣਾ ਮੁੰਡਾ ਇੱਕ ਕਹਿੰਦੇ ਕੌਣ ਆ ਅਸੀਂ ਉਦੋਂ ਨਵੇਂ ਸਾਲ ਦੇ ਆਪਣੇ ਗੀਤਾਂ ਦਾ ਸਾਡਾ ਕੰਮ ਚੱਲਦਾ ਸੀ ਹੂੰ ਕਾਲਾ ਡੋਰੀਆ ਸ਼ਾਇਦ ਟੇਪ ਆਈ ਸੀ ਇਹ ਨਹੀਂ ਨਹੀਂ ਕਾਲਾ ਡੋਰੀਆ ਇੱਕ ਪੁਰਾਣਾ ਪ੍ਰੋਗਰਾਮ ਸੀਗਾ ਪ੍ਰਾਈਵੇਟ ਦੂਰਦਰਸ਼ਨ ਦਾ ਇੱਕ ਮੇਨ ਹੁੰਦਾ ਤੇ ਕਾਲਾ ਡੋਰੀਆ ਪ੍ਰਾਈਵੇਟ ਪ੍ਰੋਡੂਸਰ ਬਣੇ ਹੁੰਦੇ ਆ ਜੀ ਰੀਸ਼ ਸ਼ਰਮਾ ਦਾ ਪ੍ਰੋਗਰਾਮ ਸੀ ਤਾਂ ਸੁਖਪਾਲ ਕਹਿੰਦਾ ਜਾਂ ਸੁਣਾਓ ਮੈਂ ਡਾਇਲ ਲਾਇਆ ਕਹਿੰਦੇ ਪਾਜੀ ਕਹਿੰਦੇ ਵੀ ਗਾਣਾ ਮੁੰਡਾ ਕਾਉਂਦਾ ਤਾਂ ਅੱਛਾ ਮੈਂ ਕਿਹਾ ਆਪਾਂ ਗਾਣਾ ਕਰਨਾ ਅੱਛਾ ਜੀ ਕਹਿੰਦੇ ਪਾਜੀ ਆਪਾਂ 9 ਸਾਲ ਦਾ ਕੰਮ ਨਵੇੜ ਲਈਏ ਤਾਂ ਫੇਰ ਫੇ ਕਰ ਲਾਂਗੇ ਮੈਂ ਕਿਹਾ ਨਹੀਂ ਪਾਜੀ 9 ਸਾਲ ਚ ਹੀ ਕਰਨਾ ਅੱਛਾ ਜੀ ਉਹ ਕਹਿੰਦਾ ਪਾਜੀ ਆਪਾਂ ਉਧਰ ਕਾਲੇ ਡੂਰੀਆ ਦੀ ਗੱਲ ਹੋਈ ਮੈਂ ਕਿਹਾ ਜੇ ਆਪਾਂ ਉੱਥੇ ਅਮਰਿੰਦਰ ਦਾ ਗਾਣਾ ਕਰ ਲੈਣਾ ਆਪਣਾ ਮੇਨ ਚਾ ਰਿਹਾ ਹਾਂ ਹਾਂ ਉਹ ਅਸੀਂ ਫਿਰ ਆਪਣੇ ਵਾਲੀ ਜਗ੍ਹਾ ਤੇ ਅਮਰਿੰਦਰ ਦਾ ਗਾਣਾ ਉਧਰ ਕਾਲੇ ਡੂਰੀਆ ਦੇ ਵਿੱਚ ਹੋਇਆ ਹਾਂ ਇਹ ਗਾਣਾ ਸਿਲੈਕਟ ਹੋ ਗਿਆ ਔਰ ਅਮਰਿੰਦਰ ਦੀ ਆਪਣਾ ਵਿੱਚ ਨੈਚਰੈਲਟੀ ਬਹੁਤ ਸੀਗੀ ਜੀ ਮਿਹਨਤ ਕੀਤੀ ਨਾਲ ਅੱਛੀ ਟੀ ਪਰ ਆਪਣੇ ਆਪ ਦੇ ਵਿੱਚ ਚਾਂਸ ਦੇਣਾ ਆਪਣਾ ਥਾਂ ਛੱਡ ਕੇ ਕਿਸੇ ਨੂੰ ਉੱਥੇ ਦੇਣਾ ਮੇਰੇ ਖਿਆਲ ਵਿੱਚ ਆਪਣੇ ਆਪ ਦੇ ਵਿੱਚ ਵੜ ਆਪਣਾ ਮੈਨੂੰ ਇਹ ਦੱਸਿਓ ਇਸ ਗੱਲ ਦਾ ਅਮਰਿੰਦਰ ਨੂੰ ਅੱਜ ਤੱਕ ਕਿਤੇ ਨੂੰ ਕਿਤੇ ਹੈ ਕਿ ਹਾਂ ਆ ਗੱਲ ਹੋਈ ਸੀ ਕਦੇ ਜ਼ਿਕਰ ਕਰਦਾ ਮੈਂ ਭਾਜੀ ਦੇਖੋ ਬਣੀਪੁਰ ਸਾਹਿਬ ਮੈਂ ਕੋਈ ਵੀ ਰੱਬ ਮੇਰਾ ਜਾਣਦਾ ਮੈਂ ਇਦਾਂ ਨਹੀਂ ਕਰਕੇ ਵੀ ਉਹਨੂੰ ਮੈਂ ਦੇਖੋ ਅਮਰਿੰਦਰ ਨੇ ਸਾਡੀ ਨਹੀਂ ਕਿਤੇ ਉਹਨਾਂ ਨੇ ਜ਼ਿਕਰ ਕੀਤਾ ਹੋਵੇ ਮੈਂ ਇਦਰ-ਉਧਰ ਮੀਡੀਆ ਜੋ ਮੈਨੂੰ ਸੁਣਨ ਨੂੰ ਮਿਲਿਆ ਜੇ ਮੈਂ ਕਹਾਂਗਾ ਅਮਰਿੰਦਰ ਦੀ ਆਪਣੀ ਆਵਾਜ਼ ਦੇ ਵਿੱਚ ਮੈਂ ਨਹੀਂ ਕਿਤੇ ਸੁਣਿਆ ਜੀ ਜੀ ਔਰ ਮੈਂ ਕਹਿੰਦਾ ਵੀ ਨਹੀਂ ਵੀ ਉਹ ਮਤਲਬ ਜੋ ਅਸਲੀਅਤ ਹੈ ਮੈਂ ਉਹੀ ਗੱਲ ਕਰਦਾ ਜੀ ਔਰ ਇਹ ਮੁੰਡੇ ਦੀ ਉਹਦੀ ਆਪਣੀ ਮਿਹਨਤ ਆ ਟੈਲੈਂਟ ਆ ਕਿੱਥੋਂ ਉੱਠ ਕੇ ਕਿੱਥੇ ਪਹੁੰਚਿਆ ਹਰ ਇੱਕ ਬੰਦੇ ਦਾ ਇੱਕ ਸੁਪਨਾ ਬਣਦਾ ਹੁੰਦਾ ਜੀ ਉਹਦੀ ਸ਼ੁਰੂਆਤ ਕਿੱਦਾਂ ਹੁੰਦੀ ਆ ਹਨਾ ਜੀ ਤੇ ਉਹ ਅਮਰਿੰਦਰ ਦੀ ਇਸੇ ਤਰ੍ਹਾਂ ਹੋਈ ਬੜਾ ਅੱਗੇ ਜਾ ਕੇ ਤੁਸੀਂ ਦੇਖੋ ਉਹਦਾ ਆਪਣਾ ਟੈਲੈਂਟ ਆਪਣੀ ਮਿਹਨਤ ਉਹ ਕਿੱਥੇ ਤੱਕ ਅੱਜ ਪਹੁੰਚਿਆ ਔਰ ਔਰ ਮੈਂ ਉਸ ਗੱਲ ਤੋਂ ਵੀ ਮੈਨੂੰ ਖੁਸ਼ੀ ਹੈ ਉਸ ਗੱਲ ਦੀ ਜ ਕਿੰਨਾ ਨੇ ਲਿਖਿਆ ਕਿਹਨਾ ਨੇ ਵੀਊਜ਼ ਦਿੱਤਾ ਤੇ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਇਹ ਜੱਟ ਤੇ ਟਰੱਕ ਗੀਤਨਾ ਜੀ ਜਿਹੜਾ ਤਕਰੀਬਨ ਹੁਣ ਮੇਰਾ ਖਿਆਲ ਇਹ ਵੇ ਕੋਈ ਹੀ ਡਰਾਈਵਰ ਹੋਊਗਾ ਵਰਲਡ ਦੇ ਵਿੱਚ ਜਿਹਦੇ ਤੱਕ ਇਹ ਗਾਣਾ ਨਾ ਪਹੁੰਚਿਆ ਹੋਵੇਗਾ ਜੀ ਔਰ ਬਹੁਤ ਜ਼ਿਆਦਾ ਵਧੀਆ ਪਿਆਰੇ ਨੂੰ ਸਤਾੜ ਤੋਂ ਮਿਲਿਆ ਔਰ origignal views ਲੋਕਾਂ ਨੂੰ ਜਿੰਨੀ ਵੀ ਸਾਨੂੰ ਪਤਾ ਲੱਗ ਜਾਂਦਾ ਜੀ ਔਰ ਲੋਕਾਂ ਨੇ ਮੀਡੀਆ ਨੇ ਬੜੀ ਸਪੋਰਟ ਕੀਤੀ ਆ ਔਰ ਗਾਣਾ ਸਾਡਾ ਓਵਰਆਲ ਜੀ ਹਿੱਟ ਸਾਬਤ ਹੋਇਆ ਕਿਉਂਕਿ ਟਾਈਮ ਸਾਨੂੰ ਅੱਛਾ ਮਿਲ ਗਿਆ ਲੋਰਸੀ ਡਰਾਈਵਰ ਵੀਰਾਂ ਨੂੰ ਐਂਟਰਟੇਨਮੈਂਟ ਦੀ ਮੈਸੇਜ ਵੀ ਆ ਉਹਨਾਂ ਦੀ ਦੁਆ ਵੀ ਆ ਤੇ ਇਹ ਗਾਣਾ ਲਿਖਿਆ ਰਾਜਾ ਖੇਲਾ ਦਾ ਜੀ ਮੇਰੇ ਨਾਲ ਜੁੜੇ ਹੋਏ ਆ ਬਹੁਤ ਧੀਰ ਤੋਂ ਔਰ ਅਮਨ ਹੀਰ ਦਾ ਮਿਊਜ਼ਿਕ ਹੈ ਔਰ ਜੇਸੀ ਤਨਵਰ ਸਾਹਿਬ ਨੇ ਵੀਡੀਓ ਬਣਾਈ ਹੈ ਜੀ ਤੇ ਕੁੱਲ ਮਿਲਾ ਕੇ ਅਸੀਂ ਇਹਦੇ ਵਿੱਚ ਵਧੀਆ ਜਿਹਾ ਸਕੂਨ ਔਰ ਸੰਤੁਸ਼ਟੀ ਆ ਵੀ ਗਾਣਾ ਸਾਡਾ ਲੋਕਾਂ ਤੱਕ ਪਹੁੰਚ ਗਿਆ ਜਿਵੇਂ ਸਾਹਿਬ ਆਮ ਤੌਰ ਤੇ ਤਾਂ ਕਲਾਕਾਰ ਸਾਰੇ ਗੀਤਾਂ ਨੂੰ ਸੁਣ ਲੈਂਦੇ ਨੇ ਪਰ ਇੱਕ ਕਲਾਕਾਰ ਦਾ ਰੰਗ ਕੋ ਜਰੂਰ ਹੁੰਦਾ ਹੂੰ ਹੂੰ ਹੋ ਸਕਦਾ ਹੈ ਕਿ ਉਹ ਆਪ ਗੀਤ ਪੰਗੜੇ ਵਾਲੇ ਗਾਉਂਦਾ ਹੋਵੇ ਪਰ ਉਹਨੂੰ ਉਦਾਸ ਗੀਤ ਚੰਗੇ ਲੱਗਦੇ ਆ ਰੋਮਾਂਟਿਕ ਗੀਤ ਚੰਗੇ ਲੱਗਦੇ ਆ ਜੇ ਗੱਲ ਕਰੀਏ ਕਿ ਸਰਬ ਦੀ ਟੀਮਾਂ ਨੂੰ ਆਪਾਂ ਇੱਕ ਗੀਤ ਦੇਣਾ ਹੈ ਗੀਤ ਰਿਕਾਰਡ ਕਰਵਾਉਣਾ ਹੈ ਜਾਂ ਕਰਨਾ ਹੈ ਕਿਹੜਾ ਰੰਗ ਹੈ ਤੁਹਾਡਾ ਜਿਹੜਾ ਤੁਹਾਨੂੰ ਲੱਗਦਾ ਕਿ ਯਾਰ ਮੈਨੂੰ ਆਹ ਚੀਜ਼ ਮੇਰੇ ਤੋਂ ਲੋਕ ਤਵਕਕ ਕਰਦੇ ਆ ਐ ਭਾਜੀ ਮੈਂ ਜਿਹੜੇ ਲੋਕਾਂ ਨੇ ਮੇਰੇ ਗੀਤਾਂ ਨੂੰ ਪਿਆਰ ਦਿੱਤਾ ਉਹਨਾਂ ਦੇ ਵਿੱਚ ਕੋਈ ਐਦਾਂ ਨਹੀਂਗਾ ਵੀ ਮੈਂ ਤੁਹਾਨੂੰ ਉਹ ਪ੍ਰੂਫ ਹੈ ਉਹਨਾਂ ਚੀਜ਼ਾਂ ਦਾ ਕੋ ਇਦਾਂ ਨਹੀਂ ਵੀ ਮੈਂ ਲੋਕ ਗੀਤ ਜਾਂ ਭੰਗੜੇ ਵਾਲੇ ਗੀਤ ਹੀ ਗਾ ਸਕਦਾ ਤੇ ਉਹੀ ਲੋਕ ਪਸੰਦ ਕੀਤੇ ਆ ਜੀ ਦੇਖੋ ਨਾ ਮਾਰੀ ਨਾ ਮਾਰੀ ਨੀ ਮਾਂ ਬਹੁਤ ਵਧੀਆ ਗੀਤ ਮੈਂ ਗੀਤ ਉਹ ਵੀ ਸਾਡੀਆਂ ਭੈਣਾਂ ਨੇ ਬਜ਼ੁਰਗਾਂ ਨੇ ਬੰਦਿਆਂ ਨੇ ਪਸੰਦ ਕੀਤਾ ਜੀ ਜੇ ਮੈਂ ਪੈਸਾ ਲੋਕ ਤੱਤ ਗਾਇਆ ਮੇਲਾ ਦੋ ਘੜੀਆਂ ਗਾਇਆ ਮੇਲਾ ਜੱਗ ਵਾਲਾ ਗਾਇਆ ਉਹ ਵੀ ਚੀਜ਼ਾਂ ਮੇਲੇ ਬੜੇ ਗਾਤੇ ਜੀ ਤੁਸੀਂ ਹਾਂ ਜੀ ਉਹ ਮੇਲਾ ਵਿਖਦੀ ਏ ਮਟਿਆਰੇ ਔਰ ਉਹ ਵੀ ਉਹ ਵੀ ਸਲਾਇਆ ਜੀ ਲੋਕਾਂ ਨੇ ਜੇ ਮੈਂ ਹਲਕਾ ਫੁਲਕਾ ਗੱਡੀਆਂ ਚ ਗੱਡੀਆਂ ਵਜੀਆਂ ਗਾਇਆ ਚੰਡੀਗੜ੍ਹ ਸ਼ਹਿਰ ਦੀ ਕੁੜੀ ਗਾਇਆ ਲੱਕ ਦਾ ਹਲੋਰਾ ਗਾਇਆ ਉਪ ਪੌਪ ਉਸ ਸਮੇਂ ਦੀ ਗੱਲ ਨਵੀਂ ਚੀਜ਼ ਉਹ ਵੀ ਲੋਕਾਂ ਨੇ ਪਸੰਦ ਕੀਤੀ ਆ ਤੇ ਰੰਗਲਾ ਪੰਜਾਬ ਸੋਨੇ ਦੀ ਚਿੜੀ ਚੱਕ ਦੇ ਢੋਲੀਆ ਫੋਕ ਰੰਗ ਵੀ ਪਸੰਦ ਕੀਤਾ ਤੇ ਓਵਰ ਆਲ ਜੇ ਮੈਂ ਗੱਲ ਕਰਾਂ ਵੀ ਜਿਹੜੀ ਟੋਨ ਆ ਮੇਰੀ ਵੋਕਲ ਆ ਉਹ ਇੱਕ ਫੋਕ ਰੰਗ ਵਾਲੀ ਆ ਜਦੋਂ ਕੋਈ ਬੋਲੀ ਦੀ ਕੰਪੋਜੀਸ਼ਨ ਹੋਵੇ ਫੋਕ ਰੰਗ ਦੀ ਕੋਈ ਵੀ ਚੀਜ਼ ਹੋਵੇ ਉਹ ਮੈਨੂੰ ਲੱਗਦਾ ਕਿ ਮੈਨੂੰ ਉਹ ਮੇਰੇ ਮੂੰਹ ਮੇਰੀ ਪਰਸਨੈਲਿਟੀ ਦੇ ਵਿੱਚੋਂ ਲੋਕਾਂ ਨੂੰ ਲੱਗਦਾ ਵੀ ਇਹ ਗੱਲ ਇਹਦੇ ਨਾਲ ਮੈਚ ਕਰ ਰਹੀ ਹੈ ਜਿਵੇਂ ਸਰਬਾ ਕਈ ਫਿਲਮਾਂ ਤੁਸੀਂ ਕੀਤੀਆਂ ਹਾਣੀ ਨੇ ਤਾਂ ਕਮਾਲ ਹੀ ਕਰ ਦਿੱਤੀ ਸੀ ਸਾਨੂੰ ਲੱਗਦਾ ਸੀ ਕਿ ਇਹ ਸਰਵਜੀਤ ਚੀਮਾ ਉਹ ਸਰਵਜੀਤ ਚੀਮਾ ਨਹੀਂ ਜਿਹੜਾ ਅਸੀਂ ਪਹਿਲਾਂ ਵੀ ਦੇਖਿਆ ਤੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਆਉਣ ਵਾਲੇ ਸਮੇਂ 'ਚ ਕੋਈ ਫਿਲਮ ਆ ਰਹੀ ਹੈ। ਹਾਂ ਹੁਣ ਸੁੱਚਾ ਸੁਰਮਾ ਫਿਲਮ ਸਾਡੀ ਰੈਡੀ ਹੈ ਜੀ ਬੱਬੂ ਮਾਨ ਅਮਤੋਜ ਮਾਨ ਉਹੀ ਟੀਮ ਪਹਿਲੇ ਵਾਲੀ ਜੀ ਹਾਂਜੀ ਉਹਨਾਂ ਦੀ ਹਾਨੀ ਵਾਲੀ ਔਰ ਦੇਖੋ ਇਹ ਫਿਲਮ ਬਹੁਤ ਅੱਛੇ ਲੈਵਲ ਤੇ ਬਣੀ ਹੈ ਜੀ ਵੱਡੀ ਫਿਲਮਾਂ ਵੱਡੇ ਬਜਟ ਦੀ ਫਿਲਮ ਔਰ ਦੇਖੋ ਇਹ ਹੁਣ ਜਦੋਂ ਕੋਵਿਡ ਦਾ ਟਾਈਮ ਥੋੜਾ ਜਿਆਦਾ ਠੀਕ ਠਾਕ ਹੋਏਗਾ ਜੀ ਮਾਲ ਕਰੇ ਉਦੋਂ ਉਹ ਫਿਲਮ ਰਿਲੀਜ਼ ਹੋਏਗੀ। ਅੱਛਾ ਮੈਨੂੰ ਇਹ ਦੱਸੋ ਕਈ ਕੰਮ ਹੁੰਦੇ ਨੇ ਜਿਹ ਸਰਵਦੀ ਚੀਮਾ ਕੋਈ ਇਸ ਤਰ੍ਹਾਂ ਦੀ ਹੈ ਜਿਹੜੇ ਸੋਚਦਾ ਯਾਰ ਮੈਂ ਆ ਕੰਮ ਐਸਾ ਕਰਦਣੇ ਨੇ ਪਰ ਕਿਸੇ ਨਾ ਕਿਸੇ ਕਾਰਨ ਟਲਦੇ ਗਏ ਕੁਝ ਸੋਚਦੇ ਹਾਂ ਕਿ ਯਾਰ ਮਸ ਜੀ ਉਹ ਕਰਨਾ ਹੈ ਜਾਂ ਇਸ ਤਰ੍ਹਾਂ ਦਾ ਕਰਨਾ ਹੈ ਉਹ ਸੰਤੋਸ਼ਟੀ ਤਾਂ ਵੈਸੇ ਵੈਨੀਪਲ ਪਾਜੀ ਹੋਣੀ ਵੀ ਨਹੀਂ ਚਾਹੀਦੀ ਪਰ ਮੈਂ ਇਸ ਗੱਲ ਤੋਂ ਖੁਸ਼ ਬਹੁਤ ਹਾਂ ਜੀ ਜੋ ਮੈਨੂੰ ਮਾਲਕ ਨੇ ਕਿਰਪਾ ਕੀਤੀ ਹੈ ਜਿੰਨੀ ਕਿ ਮੇਰੀ ਹੈਸੀਅਤ ਸੀ ਔਕਾਤ ਸੀਗੀ ਉਸ ਤੋਂ ਕਿਤੇ ਵੱਧ ਝੋਲੀਆਂ ਭਰੀਆਂ ਜਿਹੜੀਆਂ ਬੰਦੇ ਪੰਜਾਬੀਆਂ ਨੇ ਮੇਰੀਆਂ ਮੈਂ ਉਹ ਕਦੀ ਵੀ ਚੀਜ਼ ਜਿਹੜੀ ਉਹਦਾ ਮੈਂ احਸਾਨ ਨਹੀਂ ਚੁਕਾ ਸਕਦਾ ਬਹੁਤ ਖੁਸ਼ ਹਾਂ ਸੰਤੋਸ਼ਟੀ ਨਹੀਂ ਹੈਗੀ ਉਹ ਜਿਵੇਂ ਆਉਣ ਵਾਲੇ ਸਮੇਂ ਦੀ ਗੱਲ ਕਰਾਂ ਤੇ ਮੈਂ ਇਹ ਨਹੀਂ ਚਾਹੁੰਦਾ ਕਿ ਮੇਰਾ ਕੋਈ ਉਦਾਂ ਦਾ ਰਾਤੋ ਰਾਤ ਗਾਣਾ ਆਵੇ ਤਾਂ ਮੈਂ ਦੁਆਰਾ ਇਦਾਂ ਹੋ ਜਾਏ ਤੇ ਉਹ ਮੈਂ ਹੁਣ ਇਹ ਚੀਜ਼ ਜ਼ਰੂਰ ਚਾਹਨਾ ਕਿ ਮੈਂ ਜਿਹੜਾ ਗੀਤਾ ਰਹੀਂ ਕੋਈ ਸੋਸ਼ਲ ਮੈਸੇਜ ਸਮਾਜ ਨੂੰ ਕੋਈ ਚੰਗੀ ਗੱਲ ਐਂਟਰਟੇਨਮੈਂਟ ਵੀ ਹੋਵੇ ਲੋਕਾਂ ਦਾ ਔਰ ਨਾਲ ਦੀ ਨਾਲ ਕੋਈ ਲੋਕਾਂ ਨੂੰ ਸਮਾਜ ਨੂੰ ਬੱਚਿਆਂ ਨੂੰ ਕੁ ਸੁਨੇਹਾ ਵੀ ਮਿਲੀਏ ਮਿਲੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੈਂ ਲੋਕ ਨਾਚਾਂ ਤੇ ਅਸੀਂ ਇੱਕ ਪ੍ਰੋਜੈਕਟ ਕੀਤਾ ਸੀਗਾ ਜੀ ਉਹਦਾ ਸੈਕੰਡ ਵਰਜਨ ਵੀ ਹੁਣ ਅਸੀਂ ਬਣਾਉਣ ਲੱਗੇ ਆ ਜੀ ਅੱਛਾ ਜੀ ਲੋਕ ਨਾਚਾਂ ਦੀ ਇੱਕ ਬਣ ਗਈ ਜਿਹੜੀ ਹੈ ਜੀ ਹੋਰ ਸੱਤੇ ਨਾਚਾਂ ਨੂੰ ਅਸੀਂ ਇੱਕ ਕਮਰਸ਼ੀਅਲ ਟੱਚ ਦੇ ਕੇ ਉਹ ਵੀ ਲੋਕਾਂ ਦੇ ਚੋਣੇ 'ਚ ਚਾਹ ਮਸੋ ਆਪਣੇ ਆਪ ਦੇ ਵਿੱਚ ਇੱਕ ਵਲੱਖਣ ਗੱਲ ਸੀ ਮੈਨੂੰ ਇਹ ਕਿਤੇ ਨੁਕਤੇ ਲੱਗਦਾ ਹੈ ਕਿ ਸ਼ਾਇਦ ਉਹ ਜਿੱਡਾ ਵੱਡਾ ਪ੍ਰੋਜੈਕਟ ਸੀ ਕਿਤੇ ਉਸ ਲੈਵਲ ਤੇ ਜਾ ਨਹੀਂ ਸਕਿਆ ਆ ਮੇ ਵੀ ਰੋਂਗ ਪਰ ਮੈਨੂੰ ਲੱਗਦਾ ਕਿ ਜਿੱਡਾ ਵੱਡਾ ਪ੍ਰੋਜੈਕਟ ਸੀ ਜਿਵੇਂ ਨਾਚਾਂ ਦੇ ਉੱਤੇ ਕ ਕਿ ਇਹਨਾਂ ਕੁ ਕਦਮਾਂ ਨੂੰ ਦੁਬਾਰਾ ਰਿਵਾਈਵ ਕਰਨ ਦੀ ਫਿਰ ਤੋਂ ਜ਼ਰੂਰਤ ਹੈ ਤੁਹਾਨੂੰ ਵੀ ਲੱਗਦਾ ਜੀ ਔ ਜੀਐਸਆਈ ਜੀ ਬਾਜੀ ਮੈਂ ਖੁਦ ਪਹੁੰਚਣ ਦੀ ਗੱਲ ਕਰਾਂ ਤਾਂ ਮੇਰਾ ਖਿਆਲ ਜੋ ਸਰਕਾਰਾਂ ਨੂੰ ਕਰਨਾ ਚਾਹੀਦਾ ਏਦਾਂ ਦੀ ਚੀਜ਼ ਨੂੰ ਉਹ ਚੀਜ਼ ਦੀ ਘਾਟ ਭਾਵੇਂ ਰਹਿ ਮੈਂ ਵੀ ਮਹਿਸੂਸ ਕਰਦਾ ਪਰ ਸਾਡੀ ਸੋਚ ਨਹੀਂ ਸੀਗੀ ਜੀ ਉਹ ਮੈਂ ਤਾਂ ਇਹ ਸੋਚ ਕੇ ਚੱਲਿਆ ਸੀ ਵੀ ਲੋਕਾਂ ਤੱਕ ਮੈਂ ਪਹੁੰਚਦੀ ਕਰਦਾ ਉਹ ਪਹੁੰਚ ਗਈ ਜਿਹੜਾ ਪੰਗੜੇ ਬਾਰੇ ਨਹੀਂ ਵੀ ਜਾਣਦਾ ਉਹਨੂੰ ਪਤਾ ਹੈ ਵੀ ਆਹ ਲੋਕ ਨਾਚਾਂ ਦੀ ਗੱਲ ਜਿਹੜੀ ਆ ਸਰਬਜੀ ਚੀਮਾ ਦੀ ਟੀਮ ਨੇ ਕੀਤੀ ਹੈ ਜੀ ਤੇ ਉਹ ਹੀ ਅਸੀਂ ਉਸ ਗੱਲ ਤੋਂ ਸੰਤੁਸ਼ਟ ਹਾਂ ਉਹ ਤਾਂ ਹੀ ਅਸੀਂ ਉਹਦਾ ਸੈਕੰਡ ਜਿਹੜਾ ਵਰਜ਼ਨ ਉਹ ਜਲਦੀ ਉਹ ਵੀ ਲੈ ਕੇ ਆਵਾਂ ਚਿਮਾ ਸਾਹਿਬ ਤੁਸੀਂ ਬਹੁਤ ਲੰਬਾ عرصਾ 95 ਤੋਂ ਤੁਸੀਂ ਹਟ ਆ 2000 ਤੇ 20 ਚ ਆਪਾਂ ਬੈਠੇ ਗੱਲਬਾਤ ਕਰ ਰਹੇ ਆਂ ਅੱਜ ਤੇ ਕਿਸ ਦੀ 6 ਮਹੀਨੇ ਉਮਰ ਆ ਕਿਸ ਨੇ 2 ਸਾਲ ਆਏ ਤੇ 2.5 ਸਾਲ ਉਹਦਾ ਫਿਰ ਮੈਂ ਕਦੇ ਜ਼ਿਕਰ ਨਹੀਂ ਸੁਣਿਆ ਹੂੰ ਹੂੰ ਕੁਝ ਸਮਾਂ ਵੀ ਬਦਲ ਗਿਆ ਇੱਕ ਕਲਾਕਾਰ ਨੂੰ ਇਸ ਤਰ੍ਹਾਂ ਲੰਬਾ ਮੈਦਾਨ ਮਾਰਨ ਦੇ ਵਾਸਤੇ ਕੀ ਮਹਿਸੂਸ ਕਰਦੇ ਹਾਂ ਕਿ ਜਿਹੜੇ ਅੱਜ ਕੱਲ ਕੋਈ ਬਹੁਤ ਸਾਰੇ ਮੁੰਡਿਆਂ ਨੇ ਪਤਾ ਨਹੀਂ ਕਿੱਡੇ-ਕੱਡੇ ਸਟਾਰ ਬਣਨਾ ਹੈ ਕੁੜੀਆਂ ਨੇ ਕਿੱਡੇ-ਕੱਡੇ ਸਟਾਰ ਬਣਨਾ ਹੈ ਕੋਈ ਟਿਪ ਹੈ ਕਿ ਲੰਬਾ ਸਮਾਂ ਮੈਦਾਨ ਦੇ ਵਿੱਚ ਕਿਵੇਂ ਟਿਕਿਆ ਰਹਿ ਜਾ ਸਕਦਾ ਪੁੱਜੀ ਦੇਖੋ ਬਹੁਤ ਸਰਲ ਸੋਖੀ ਚੀਜ਼ ਹੈ ਔਰ ਜਦੋਂ ਤੁਸੀਂ ਠਾਣ ਲੈ ਕੇ ਮੈਂ ਇਸ profession ਦੇ ਵਿੱਚ ਜਾਣਾ ਆਪਾਂ ਸਿੰਗਿੰਗ ਦੀ ਗੱਲ ਕਰਦੇ ਹਾਂ ਜੀ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਕਿਸੇ ਬੰਦ ਦੇਖ ਕੇ ਸਟੈਪ ਨਾ ਲਾਓ ਹੂੰ ਵੀ ਆਹ ਫਲਾਣਾ ਆ ਕਰਦਾ ਮੈਂ ਵੀ ਉਹੀ ਕਰਨਾ ਹਾਂਜੀ ਸਭ ਤੋਂ ਪਹਿਲਾਂ ਇਹਦਾ ਜਿਹੜਾ ਟਿਪ ਹੈਗਾ ਜੀ ਉਹ ਹੈ ਕਿ ਨੈਚਰਲਟੀ ਹੂੰ ਤੁਹਾਡੀ ਵੋਕਲ ਉਦਾਂ ਦੀ ਹੈ ਇੱਕ ਗਾਇਕ ਵਰਗੀ ਤੁਹਾਡੇ ਚ ਜਿਹੜਾ ਮਾਲਕ ਨੇ ਗੁਣ ਭਰੇ ਆ ਉਹ 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 ਹੋਣਾ ਬਹੁਤ ਜ਼ਰੂਰੀ ਹੈ ਨੈਚੁਰਲ ਹੋਣਾ ਚਾਹੀਦਾ ਹਾਂਜੀ ਜੇ ਤੁਹਾਡੇ ਵਿੱਚ ਨੈਚੁਰਲ ਗੁਣ ਨਹੀਂਗਾ ਫੇਮੇ ਅਸੀਂ 15 ਸਾਲ ਲਾਦੀਏ ਬਹੁਤ ਔਖਾ ਹੈ ਜੀ ਨੈਚੁਰੈਲਟੀ ਹੋਣੀ ਉਸ ਤੋਂ ਬਾਅਦ ਫਿਰ ਤੁਹਾਡੀ ਜਿਹੜੀ ਮਿਹਨਤ ਆ ਜੀ ਮਿਹਨਤ ਬਹੁਤ ਮੰਗਦਾ ਹੈ ਡੈਡੀਕੇਸ਼ਨ ਸੰਗੀਤ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ 6 ਮਹੀਨੇ ਸਾਡ ਰਿਆਜ਼ ਕਰੀ ਚਲੋ ਬੰਦਾ ਕਈ ਵਾਰੀ ਫੈਟ ਅਪ ਹੋ ਜਾਂਦਾ ਵੀ ਯਾਰ ਉਹਨੇ ਕੀ ਹੈ ਗਲਤ ਬਣਦੀ ਨਹੀਂ ਪਰ ਇਹਨੂੰ ਬਰੇ ਲੱਗਦੇ ਆ ਜੀ ਤੁਸੀਂ ਸਾਲ ਲਾ ਕੇ ਇੰਨਾ ਕੁ ਤੁਹਾਡੇ ਅੰਦਰ ਜੇ ਮਾਦਾ ਹੈਗਾ ਪਹਿਲਾ ਨੈਚੁਰਲਟੀ ਉਸ ਤੋਂ ਬਾਅਦ ਤੁਹਾਡਾ ਵੀ ਤੁਸੀਂ ਮਿਹਨਤ ਕਰਨ ਦਾ ਤੁਹਾਡੇ ਕੋਲ ਮਾਦਾ ਹੈਗਾ ਤੇ ਫਿਰ ਤੁਸੀਂ ਸਰਵਾਈਵ ਕਰ ਸਕਦੇ ਸੋ ਚੀਮਾ ਸਾਹਿਬ ਲਗਭਗ 2 ਮਿੰਟ ਦਾ ਟਾਈਮ ਫਰੇਮ ਹੈ ਜਿਹੜੇ ਦਰਸ਼ਕ ਇਸ ਵਕਤ ਦੁਨੀਆ ਭਰ ਦੇ ਤੁਹਾਨੂੰ ਵੇਖ ਰਹੇ ਨੇ ਤੁਹਾਡੇ ਫੈਨ ਨੇ ਲੰਬੇ ਅਰਸੇ ਤੋਂ ਤੁਹਾਨੂੰ ਸੁਣਦੇ ਆ ਰਹੇ ਨੇ ਤੁਸੀਂ ਫਿਊਚਰ ਦੇ ਵਿੱਚ ਵੀ ਦੱਸ ਦਿੱਤਾ ਕੀ ਕੁਝ ਆ ਰਿਹਾ ਅਖੀਰ ਵਿੱਚ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੈਰੀਪਾਲ ਸਾਹਿਬ ਮੈਂ ਤੁਹਾਡਾ ਸਭ ਤੋਂ ਪਹਿਲਾਂ ਪ੍ਰਾਈਮੇਸ਼ੀਆ ਦਾ ਬਹੁਤ ਬਹੁਤ ਸਾਰੀ ਟੀਮ ਦਾ ਧੰਨਵਾਦ ਕਰਦਾ ਖੜਕੜ ਸਾਹਿਬ ਤੁਹਾਡਾ ਸਮੁੱਚੀ ਟੀਮ ਦਾ ਤੁਸੀਂ ਆਪਣੇ ਮadhyam ਰਹੀ ਮੈਨੂੰ ਗੱਲਬਾਤ ਕਰਨ ਦਾ ਮੌਕਾ ਦਿੱਤਾ ਤੇ ਜੱਟ ਤੇ ਟਰੱਕ ਗੀਤ ਤੁਸੀਂ ਜਿਨ੍ਹਾਂ ਲੋਕਾਂ ਨੇ ਦੇਖਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਦੇਖਿਆ ਸੁਣਿਆ ਤੁਸੀਂ ਸਰਬਜੀ ਚੀਮਾ ਜੱਟ ਤੇ ਟਰੱਕ ਪਾਓਗੇ ਤੁਸੀਂ ਉਹ ਗੀਤ YouTube ਤੇ ਦੇਖ ਸਕਦੇ ਆ ਸਪੋਰਟ ਕਰੋ ਤਾਂ ਕਿ ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਹਿੰਮਤ ਤੇ ਸਾਡਾ ਹੌਸਲਾ ਵਧੇ ਚੰਗੇ ਗੀਤ ਲੈ ਕੇ ਆਈਏ ਹੁਣ ਤੱਕ ਜਿੰਨਾ ਪੰਜਾਬੀਆਂ ਨੇ ਚੋਲੀ ਦੇ ਵਿੱਚ ਮੇਰੇ ਪਿਆਰ ਪਾਇਆ ਜੀ ਸਮੂਹ ਪੰਜਾਬੀਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਔਰ ਨਾਲ ਦੀ ਨਾਲ ਦੁਆ ਕਰਦਾ ਕਿ ਪੰਜਾਬੀ ਭਾਵੇਂ ਪੰਜਾਬ ਹੈ ਜਾਂ ਪੰਜਾਬ ਤੋਂ ਉੱਠ ਕੇ ਬੋਰਕੇ ਤੇ ਵੀ ਦੁਨੀਆ ਭਰ ਦੇ ਵਿੱਚ ਆ ਬੈਠੇ ਨੇ ਜਿਹੜੀਆਂ ਮੰਗਾ ਮੀਦਾਂ ਲੈ ਕੇ ਆਸਾਂ ਲੈ ਕੇ ਪੰਜਾਬੀ ਪਰਦੇਸੀ ਹੋਏ ਆ ਜਾਂ ਪੰਜਾਬ 'ਚ ਬੈਠੇ ਆ ਪ੍ਰਮਾਤਮਾ ਸਮੂਹ ਪੰਜਾਬੀਆਂ ਨੂੰ ਚੜ੍ਹਦੀ ਕਲਾ ਬਖਸ਼ੇ ਜੀਮਾ ਸਾਹਿਬ ਧੰਨਵਾਦ ਸ਼ੁਭ ਸ਼ਾਮਾ ਤੁਹਾਡੇ ਨਾਲ ਨੇ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਸਸੀ ਗਾ ਜੀ ਸਤਿ ਸ਼ਕਲ ਜੀ ਦੋਸਤੋ ਇਹ ਸੰ ਗਾਇਕ ਗੀਤਕਾਰ ਅਤੇ ਅਦਾਕਾਰ ਸਰਬਜੀਤ ਚੀਮਾ ਜਿਨ੍ਹਾਂ ਨੇ ਆਪਣੇ ਸੰਘਰਸ਼ ਦੀਆਂ ਕਹਾਣੀਆਂ ਆਪਣੇ ਨਿੱਜੀ ਤਜਰਬੇ ਅਤੇ ਆਪਣੀ ਸਫਲਤਾ ਦੀ ਚੋਟੀ ਤੇ ਪਹੁੰਚਣ ਦਾ ਸਭ ਕੁਝ ਤੁਹਾਡੇ ਸਾਹਮਣੇ ਕਰ ਦਿੱਤਾ ਹੈ ਤੁਹਾਡੇ ਸਪੁਰਦ ਕਰ ਦਿੱਤਾ ਹੈ ਤੇ ਨਵੇਂ ਗੀਤ ਜੱਟ ਤੇ ਟਰੱਕ ਦੇ ਬਾਬਤ ਜਾਣਕਾਰੀ ਸਾਂਝੀ ਕੀਤੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਹੀ ਨਹੀਂ ਸਭ ਬਹੁਤ ਚੰਗਾ ਲੱਗਿਆ ਹੋਵੇਗਾ ਜਿਨ੍ਹਾਂ ਨੇ ਇਸ ਖੇਤਰ ਦੇ ਵਿੱਚ ਕੋਦਣਾ ਉਹਨਾਂ ਵਾਸਤੇ ਇਹ ਚਾਨਣ ਮਨਾਰਾ ਵੀ ਸਾਬਤ ਹੋ ਸਕਦਾ ਹੈ ਤੁਹਾਨੂੰ ਸਾਡਾ ਪ੍ਰੋਗਰਾਮ ਕਿਵੇਂ ਲੱਗਿਆ ਆਪਣੀ ਕੀਮਤੀ رائے ਸਾਡੇ ਤੱਕ ਜਰੂਰ ਪੁੱਜਦੀ ਕਰਿਓ ਹੁਣ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮੇਸ਼ੀਆ ਤੁਹਾਡਾ ਆਪਣਾ ਤੁਹਾਡੇ ਲਈ